ਹਜੇ ਯੂਕੇ ਰਹਿ ਕੇ ਪੋਤਰੇ ਪੇ ਰੋਂਦੇ ਨੇ, ਕਹਿੰਦੇ ਨੇ ਦਾਦਾ ਜੀ ਅਸੀਂ ਤੇਰੀ ਕਬਰ ਤੇ ਆ ਨਹੀਂ ਸਕੇ, ਅਸੀਂ ਤੇਰੇ ਜਨਾਜ਼ੇ ਨੂੰ ਕੰਧਾ ਦੇ ਨਹੀਂ ਸਕੇ। ਉੱਥੇ ਰੋ ਰੋ ਕੇ ਦੁਆਵਾਂ ਕਰਦੇ ਆਉਣੇ ਨੇ, ਕਹਿੰਦੇ ਆਉਣੇ ਨੇ ਮੌਲਾ ਬੜੀਆਂ ਮਿਹਨਤਾਂ ਸਾਡੇ ਦਾਦੇ ਨੇ ਕੀਤੀਆਂ ਨੇ, ਹੈ ਰੋਣ ਵਾਲਿਆਂ ਨੌਜਵਾਨਾਂ ਅੱਲਾ ਤੇਰੀ ਅਥਰੂ ਸਲਾਮਤ ਰੱਖੇ, ਹਲਲ ਇਲਾਣੇ ਜੁਮਲੇ ਦੇ ਚੱਲਾ, ਸਾਰਾ ਪਿੰਡ ਤੇਰੇ ਖਿਲਾਫ ਹੋ ਜਾਏ, ਕਦੀ ਬਾਪ ਦੇ ਖਿਲਾਫ ਨਾ ਚੱਲਿਆ ਰੇ, ਕਦੀ ਮਾਂ ਦੇ ਖਿਲਾਫ ਨਾ ਚੱਲਿਆ ਰੇ, ਹੈ ਚਿੱਟੀਆਂ ਦਾੜੀਆਂ ਆਲੇ ਦੇ ਅਥਰੂ ਪੇ ਦੱਸ ਦੇਣ। ਬਾਬਾ ਜੀ ਸਾਰੀ ਜ਼ਿੰਦਗੀ ਸਾਈਕਲ ਤੇ ਗੁਜ਼ਾਰ ਛੱਡੀਏ, ਇਹਨੇ ਪੁੱਤਰਾਂ ਨੂੰ ਗੱਡੀਆਂ ਲੈ ਦਿੱਤੀਆਂ ਨੇ, ਇਹਨੇ ਪੁੱਤਰਾਂ ਨੂੰ ਮਕਾਨ ਬਣਾ ਦਿੱਤੇ ਨੇ, ਇਹਨੇ ਕਮੇਟੀਆਂ ਪਾ ਕੇ ਪੁੱਤਰਾਂ ਨੂੰ ਯੂਰਪ ਟੋਰਿਆ ਏ, ਇਹਨੇ ਜ਼ਮੀਨਾਂ ਵੇਚ ਕੇ ਪੁੱਤਰਾਂ ਨੂੰ ਯੂਕੇ ਟੋਰਿਆ ਏ। ਹਜੇ ਬਾਪ ਦੀ ਵਾਰੀ ਆਈ ਏ, ਹਜੇ ਪੁੱਤਰਾਂ ਕੋਲ ਟਾਈਮ ਕੋਈ ਨਹੀਂ, ਹਜੇ ਅੱਬੇ ਦੀ ਵਾਰੀ ਆਈ ਏ, ਹਜੇ ਨੂੰਹਾਂ ਕੋਲ ਟਾਈਮ ਕੋਈ ਨਹੀਂ, ਤਾਂਹੀਓ ਤੇ ਰੋਮੀਏ ਕਸ਼ਮੀਰ ਬੋਲਿਆ ਏ, ਤਾਂਹੀਓ ਤੇ ਖੜੀ ਦਾ ਤਾਜਦਾਰ ਬੋਲਿਆ ਏ, ਸਾਰੀ ਦੁਨੀਆਂ ਨੂੰ ਸੁਲਤਾਨੀ ਸ਼ੇਰ ਸੁਣਾ ਕੇ ਕਹਿ ਰਿਹਾ ਏ, ਇਹ ਮੀਆਂ ਮੁਹੰਮਦ ਬਖਸ਼ ਰਹਿਮਤੁੱਲਾ ਲੈ, ਅੱਲਾ ਤੇਰੀ ਕਬਰ ਤੇ ਕਰੋੜਾਂ ਰਹਿਮਤਾਂ ਦਾ ਨਜ਼ੂਲ ਕਰੇ, ਬੜੀ ਸੋਹਣੀ ਵੰਡ ਕਰਕੇ। ਬਾਬਾ ਜੀ ਇੱਧਰ ਵੇਖਿਆ ਜੇ, ਮੀਆਂ ਸਾਹਿਬ ਨੇ ਕਲਮ ਉਠਾਈ ਏ, ਰੋਮੀਏ ਕਸ਼ਮੀਰ ਬੋਲਿਆ ਏ, ਮੀਆਂ ਸਾਹਿਬ ਆਂਦੇ ਨੇ ਸਦਾ ਨਾ ਬਾਗੀ ਹੈ, ਬੁੱਲੇ ਬੁੱਲੇ ਇੱਥੇ ਸੁਣੀ ਹੁਣ, ਹੈ ਸਦਾ ਨਾ ਬਾਗੀ ਹੈ, ਬੁੱਲੇ ਬੁੱਲੇ ਬੋਲੇ ਤੇ ਸਦਾ ਨਾ ਬਾਗ ਬਹਾਰਾਂ ਆਏ ਹਾਏ, ਸਦਾ ਨਾ ਬਾਗੀ ਹੈ ਬੁੱਲੇ ਬੁੱਲੇ। ਬਾਬਾ ਜੀ ਸੁਣੀ ਅੰਦਰੂ ਜ਼ਰਾ, ਸਦਾ ਨਾ ਬਾਗੀ ਹੈ, ਕੋਠੀਆਂ ਇੱਥੇ ਰਹਿ ਜਾਂਦੀਆਂ ਨੇ, ਹੈ ਜ਼ਮੀਨਾਂ ਇੱਥੇ ਰਹਿ ਜਾਂਦੀਆਂ ਨੇ, ਹੈ ਮਕਾਨ ਇੱਥੇ ਰਹਿ ਜਾਂਦੇ ਨੇ, ਵੱਡੇ ਵੱਡੇ ਚੌਧਰੀ ਟੁਰ ਗਏ ਨੇ, ਵੱਡੇ ਵੱਡੇ ਜਗੀਰਦਾਰੀ ਟੁਰ ਗਏ ਨੇ, ਤਾਂਹੀਓ ਤੇ ਮੀਆਂ ਸਾਹਿਬ ਆਂਦੇ ਨੇ ਸਦਾ ਨਾ ਬਾਗੀ ਹੈ, ਬੁੱਲੇ ਬੁੱਲੇ ਅੰਦਰੂ ਸੁਣਨਾ ਹੀ ਅੰਦਰੋਂ, ਹੈ ਸਦਾ ਨਾ ਬਾਗੀ ਹੈ, ਬੁੱਲੇ ਬੁੱਲੇ ਬੋਲੇ ਤੇ ਸਦਾ ਨਾ ਬਾਗ ਬਹਾਰਾਂ ਆਏ ਹਾਏ, ਸਦਾ ਨਾ ਬਾਗੀ ਹੈ, ਬੁੱਲੇ ਬੁੱਲੇ। ਸਾਰੇ ਦੀਵਾਨੇ ਬੈਠੇ ਹੋ ਮੀਆਂ ਸਾਹਿਬ ਦੇ, ਸਾਰੀ ਦੁਨੀਆਂ ਨੂੰ ਪਤਾ ਲੱਗੇ ਮੈਂ ਮੀਆਂ ਸਾਹਿਬ ਦੇ ਕਦਮਾਂ 'ਚ ਬਹਿ ਕੇ ਗੱਲ ਕੀਤੀ ਹੈ, ਹੈ ਸਦਾ ਨਾ ਬਾਗੀ ਹੈ, ਬੁੱਲੇ ਬੁੱਲੇ ਬੋਲੇ ਤੇ ਸਦਾ ਨਾ ਬਾਗ ਬਹਾਰਾਂ, ਹੈ ਸਦਾ ਨਾ ਮਾਪੇ ਹੋਏ ਦੋ ਗਾਲੀਓ, ਸਦਾ ਨਾ ਮਾਪੇ ਹੁਸਨੇ ਜਵਾਨੀ ਤੇ ਸਦਾ ਨਾ ਸੋਹੇ ਬਤੀਆਰਾਂ। ਮੇਰੇ ਨਬੀ ਨੇ ਫਰਮਾਇਆ, ਇੱਧਰ ਜੁਮਲੇ ਸੁਣਿਆ ਨੇ, ਅੱਲਾ ਦਾ ਕੁਰਾਨ ਬੋਲਿਆ ਏ, ਮੁਹੰਮਦ ਦੀ ਜ਼ੁਬਾਨ ਬੋਲੀਏ, ਅੱਲਾ ਦਾ ਕੁਰਾਨ ਬੋਲਿਆ ਏ, ਰਸੂਲੁੱਲਾ ਦੀ ਜ਼ੁਬਾਨ ਬੋਲੀਏ। ਮੇਰੇ ਨਬੀ ਨੇ ਫਰਮਾਇਆ, ਇੱਧਰ ਵੇਖਿਓ, ਮੇਰੇ ਨਬੀ ਨੇ ਫਰਮਾਇਆ, ਜਿਹਦੇ ਤੇ ਬਾਪ ਰਾਜ਼ੀ ਉਹਦੇ ਤੇ ਰੱਬ ਰਾਜ਼ੀ, ਜਿਹਦੇ ਤੇ ਵਾਲਦ ਰਾਜ਼ੀ ਉਹਦੇ ਤੇ ਰੱਬ ਰਾਜ਼ੀ। ਮੇਰੇ ਨਬੀ ਨੇ ਫਰਮਾਇਆ, ਹੋਏ ਗੁਲਾਮਾਂ ਜੀਆ ਕਾ ਹੁਕਮ ਹੋਏ, ਫਰਮਾਇਆ ਮਾਂ ਦੀਆਂ ਪੈਰਾਂ ਥੱਲੇ ਜੰਨਤ ਏ, ਤੇ ਬਾਪ ਜੰਨਤ ਦਾ ਦਰਵਾਜ਼ਾ ਏ। ਜਿਹੜਾ ਮੰਨਦਾ ਇੱਕ ਵਾਰੀ ਹੱਥ
ਬੁਲੰਦ ਕਰਕੇ ਬੋਲੇ ਸੁਭਾਨ ਅੱਲਾ। ਇਹ ਅੱਬਾ ਜੰਨਤ ਦਾ ਦਰਵਾਜ਼ਾ ਹੈ ਸਜਣੋ, ਬੀਵੀ ਜੰਨਤ ਦਾ ਦਰਵਾਜ਼ਾ ਨਹੀਂ ਹੈ ਸਜਣੋ, ਬੱਚੇ ਜੰਨਤ ਦਾ ਦਰਵਾਜ਼ਾ ਨਹੀਂ ਹੈ ਸਜਣੋ, ਸਹੁਰੇ ਜੰਨਤ ਦਾ ਦਰਵਾਜ਼ਾ ਨਹੀਂ ਹੈ ਸਜਣੋ, ਸਾਲੇ ਜੰਨਤ ਦਾ ਦਰਵਾਜ਼ਾ ਨਹੀਂ। ਜਿਸ ਪਿਓ ਨੂੰ ਦਾਬੇ ਮਾਰੇ ਨਹੀਂ, ਜਿਸ ਬਾਪ ਨੂੰ ਛਿੜਕ ਮਾਰੀ ਆ, ਜਿਸ ਬਾਪ ਦਾ ਦਿਲ ਦੁਖਾਇਆ ਈ, ਸਾਰੀ ਰਾਤ ਤੇਰਾ ਅੱਬਾ ਨਹੀਂ ਸੁੱਤਾ, ਰੋ ਰੋ ਕੇ ਆਂਦਾ ਰਿਹਾ ਮੌਲਾ ਮੈਂ ਇਹਨੇ ਜਵਾਨ ਕੀਤੇ ਨੇ, ਅੱਜ ਮੇਰੇ ਪੁੱਤਰ ਮੇਰੇ ਖਿਲਾਫ ਹੋ ਗਏ ਨੇ, ਅੱਜ ਮੇਰੇ ਪੁੱਤਰ ਮੇਰੇ ਖਿਲਾਫ ਚੱਲਦੇ ਨੇ, ਅੱਜ ਜ਼ਮੀਨਾਂ ਦੇ ਲਾਲਚੀ ਬਣ ਗਏ ਹੋ, ਅੱਜ ਪਹਿਲੀਆਂ ਦੇ ਲਾਲਚੀ ਬਣ ਗਏ ਹੋ। ਆਂਦਾ ਅੱਬਾ ਮਕਾਨ ਮੇਰੇ ਨਾ ਕਰਵਾ, ਅੱਬਾ ਹਵੇਲੀ ਮੇਰੇ ਨਾ ਕਰਵਾ, ਅੱਬਾ ਡੇਰਾ ਮੇਰੇ ਨਾ ਕਰਵਾ। ਮੈਂ ਕਿਹਾ ਸਜਣਾ ਨਾ ਨਾ, ਸਭ ਕੁਝ ਇੱਥੇ ਰਹਿ ਜਾਣਾ ਏ, ਇੰਜ ਬਾਪ ਦੀਆਂ ਖਿਦਮਤਾਂ ਕਰ ਜਾਵੀ, ਇੱਧਰ ਵੇਖਿਓ, ਇੰਜ ਅੱਬੇ ਦੀਆਂ ਖਿਦਮਤਾਂ ਕਰ ਜਾਵੀ। ਹੈ ਵੱਡਾ ਪੁੱਤਰ ਮੇਰੇ ਸਾਹਮਣੇ ਬਾਬੇ ਗੁਲਾਬ ਦੀਨ ਦਾ ਬੈਠਾ ਏ, ਹਲਲ ਇਲਾਨ ਕਹਿ ਰਿਹਾ ਵਾ, ਹੈ ਜਿੰਨਾ ਮਰਜ਼ੀ ਵੀ ਤੜਫਣ ਬਾਪ ਨਹੀਂ ਆਏਗਾ, ਹੈ ਕੋਠੀਆਂ ਦੇ ਮਾਲਕ ਬਣ ਜਾਣ ਬਾਬਾ ਗੁਲਾਬ ਨਹੀਂ ਆਏਗਾ। ਹੁਣ ਇਹਨਾਂ ਦੀਆਂ ਰੌਣਕਾਂ ਨਹੀਂ ਵੇਖਣੀਆਂ, ਹੁਣ ਇਹਨਾਂ ਦੀਆਂ ਬਹਾਰਾਂ ਨਹੀਂ ਵੇਖਣੀਆਂ। ਹੈ ਰੌਣ ਵਾਲੀ ਆ, ਕੋਈ ਪੋਤਰੇ ਐਸੇ ਆਉਂਦੇ ਨੇ ਹੈ ਜਿਹੜੇ ਦਾਦੇ ਦੇ ਬੜੇ ਲਾਡਲੇ ਆਉਂਦੇ ਨੇ, ਜਿਹੜੇ ਦਾਦੇ ਦੇ ਬੜੇ ਨਜ਼ਦੀਕੀ ਆਉਂਦੇ ਨੇ। ਉਹਨਾਂ ਪੋਤਰਿਆਂ ਨੂੰ ਰੋਟੀਆਂ ਖਵਾਉਂਦਾ ਰਿਹਾ ਵੇ, ਉਹਨਾਂ ਨੂੰ ਚੂਰੀਆਂ ਖੋਟੀ ਖੁੱਟ ਕੇ ਦਿੰਦਾ ਰਿਹਾ ਹੈ, ਆਂਦਾ ਰਿਹਾ ਮੇਰੀ ਆਲ ਔਲਾਦ। ਹੋਏ ਪਿੰਡ ਵਿੱਚ ਦਾਦੇ ਦਾ ਨਾਂ ਜ਼ਿੰਦਾ ਰੱਖਣਾ ਰੇ, ਹੋਏ ਪਿੰਡ ਵਿੱਚ ਦਾਦੇ ਦੀ ਇੱਜ਼ਤ ਜ਼ਿੰਦੀ ਰੱਖਣੀ ਜੇ। ਹੱਲਾ ਦੀ ਕਸਮੇ ਟੋਕ ਆ ਲਿਆ, ਹੋਏ ਜਿਨ੍ਹਾਂ ਦੇ ਪੁੱਤਰ ਕੁਰਾਨ ਪੜ੍ਹਦੇ ਨੇ ਉਹਨਾਂ ਦੇ ਬਾਪ ਕਬਰ ਵਿੱਚ ਰਾਜ਼ੀ ਆਉਂਦੇ ਨੇ, ਜਿਨ੍ਹਾਂ ਦੇ ਪੋਤਰੇ ਨਮਾਜ਼ ਪੜ੍ਹਦੇ ਨੇ ਜਿਹੜੇ ਨਮਾਜ਼ ਹੀ ਪੜ੍ਹ ਕੇ ਆਖਣਗੇ ਰੱਬਾ ਨਗੀ ਫਿਰਲੀ ਵਾਲੀ ਵਾਲੀ ਦਈਆ ਵਾਲੀ ਵਾਲੀ ਦਈਆ। ਮੇਰਾ ਦਿਲ ਕਰਦਾ ਮੈਂ ਫੇਰ ਤੁਹਾਨੂੰ ਖੜੀ ਸ਼ਰੀਫ ਲੈ ਜਾਵਾਂ, ਫੇਰ ਮੀਆਂ ਮੁਹੰਮਦ ਬਖਸ਼ ਦੇ ਬੂਵੇ ਤੇ ਲੈ ਜਾਵਾਂ, ਇੱਥੇ ਰੂਮੀਏ ਕਸ਼ਮੀਰ ਫਿਰ ਬੋਲਿਆ ਏ, ਇੱਥੇ ਦਰਦਾ ਬਾਦਸ਼ਾਹ ਫਿਰ ਬੋਲਿਆ ਏ, ਤੇ ਮੀਆਂ ਸਾਹਿਬ ਆਉਂਦੇ ਨੇ ਵੀਰ ਵੀਰਾਂ ਦੇ ਹੈ ਦਰਦੀ ਹੁੰਦੇ। ਸੁਣੀ ਯਾਰ ਅੰਦਰੂ ਸੁਣੀ, ਹੈ ਵੀਰ ਵੀਰਾਂ ਦੇ ਹੈ ਦਰਦੀ ਹੁੰਦੇ, ਤੇ ਵੀਰ ਵੀਰਾਂ ਦੀਆਂ ਵਾਵਾਂ। ਵਾਮੀਆਂ ਸਾਹਿਬ ਹੱਲਾ ਦੀ ਕਸਮੇ ਹੱਕ ਬਿਆਨ ਕਰ ਗਏ ਹੋ, ਸੱਚ ਬਿਆਨ ਕਰ ਗਏ ਹੋ। ਮੈਨੂੰ ਫੋਨ ਕਰਕੇ ਇੱਕ ਬੰਦਾ ਕਹਿੰਦਾ ਹਾਲਾ ਕਾਰੀ ਸਾਹਿਬ ਮੀਆਂ ਸਾਹਿਬ ਕੌਣ ਨੇ, ਇਹਨਾਂ ਦਾ ਦਰਬਾਰ ਕਿੱਥੇ ਵੇ? ਮੈਂ ਕਿਹਾ ਕਦੀ ਪਾਕਿਸਤਾਨ ਆਇਆ ਮੈਂ ਆਪਣੀ ਗੱਡੀ ਤੇ ਲੈ ਕੇ ਜਾਵਾਂਗਾ, ਇੱਕ ਪਾਸੇ ਤਮੜੀਆਂ ਆਲਾ ਵਸਦਾ ਏ, ਇੱਕ ਪਾਸੇ ਤਮੜੀਆਂ ਆਲਾ ਪੀਰ ਵਸਦਾ ਏ, ਇੱਕ ਪਾਸੇ ਮੀਆਂ ਮੁਹੰਮਦ ਬਖਸ਼ ਵਸਦਾ ਏ, ਹੈ ਜਿਹਦੇ ਨਾਂ ਨੇ ਦੁਨੀਆਂ ਨੇ ਰੋਸ਼ਨ ਕੀਤਾ ਏ। ਹਲਲ ਇਲਾਨ ਨਾ ਵੀਰ ਵੀਰਾਂ ਦੇ ਹੈ ਦਰਦੀ ਹੁੰਦੇ, ਤੇ ਵੀਰ ਵੀਰਾਂ ਦੀਆਂ ਬਾਵਾਂ, ਤੇ ਬਾਪ ਸਿਰਾਂ ਦੇ ਹੈ ਪੋਤਰੀਓ। ਸੋਹਣੀ ਜ਼ਿੰਦਗੀ ਬਾਬਾ ਗੁਜ਼ਾਰ ਕੇ ਗਿਆ ਏ, ਅੱਜ ਕਬਰ ਤੇ ਚਲੇ ਜਾਇਆ ਰੇ, ਅੱਜ ਸਾਰੇ ਪੋਤਰੇ ਖਲੋ ਕੇ ਉੱਥੇ ਕੁਰਾਨ ਦੀਆਂ ਆਇਤਾਂ ਪੜਿਆ ਰੇ, ਉੱਥੇ ਦਾਦੇ ਵਾਸਤੇ ਦੁਆ ਕਰਿਆ ਰੇ, ਹੈ ਵੀਰ ਵੀਰਾਂ ਦੇ ਹੈ ਦਰਦੀ ਹੁੰਦੇ, ਤੇ ਵੀਰ ਵੀਰਾਂ ਦੀਆਂ ਬਾਵਾਂ। ਇੱਧਰ ਵੇਖੀ
ਮੇਰਾ ਸਿਰ ਚੁੱਕੀ ਹੈ ਵੀਰ ਵੀਰਾਂ ਦੇ ਅੱਜ ਜ਼ਮੀਨਾਂ ਪਿੱਛੇ ਵੀਰ ਵੀਰਾਂ ਨਾਲ ਭਿੜ ਗਏ ਨੇ ਅੱਜ ਹਵੇਲੀਆਂ ਪਿੱਛੇ ਲੜਾਈਆਂ ਲੱਗ ਗਈਆਂ ਨੇ ਅੱਜ ਜ਼ਮੀਨਾਂ ਪਿੱਛੇ ਮਰਨ ਜੋਣ ਮੁੱਕ ਗਏ ਨੇ ਅੱਜ ਵੱਡਾ ਆਉਂਦਾ ਮੇਰੇ ਵਿਹੜੇ ਨਾ ਵੜਿਆ ਰੇ ਅੱਜ ਛੋਟੇ ਆਉਂਦੇ ਨੇ ਸਾਡੇ ਵੱਡੇ ਨੇ ਜ਼ੁਲਮ ਕੀਤਾ ਹੈ ਸਾਨੂੰ ਜ਼ਮੀਨ ਨਹੀਂ ਦਿੱਤੀ ਸਾਨੂੰ ਜਾਇਦਾਦ ਨਹੀਂ ਦਿੱਤੀ ਹੈ ਮੈਂ ਕਿਹਾ ਚੱਲਿਆ ਨਾ ਨਾ ਹੈ ਜ਼ਮੀਨਾਂ ਨੂੰ ਜੱਫੇ ਨਾ ਮਾਰਿਆ ਰੇ ਹਵੇਲੀਆਂ ਨੂੰ ਜੱਫੇ ਨਾ ਮਾਰਿਆ ਰੇ ਇਹਨਾਂ ਗੱਡੀਆਂ ਨੂੰ ਜੱਫੇ ਨਾ ਮਾਰਿਆ ਰੇ ਸੱਜਣਾ ਵੀਰ ਫਿਰ ਨਹੀਂ ਹੋਈ ਆਉਂਦੇ ਹੈ ਨਾ ਪਿਓ ਆਉਂਦਾ ਤੇ ਨਾ ਵੀਰ ਆਉਂਦੇ ਹੈ ਨਾ ਮਾਵਾਂ ਆਉਂਦੀਆਂ ਨੇ ਨਾ ਵੀਰ ਜੰਮਦੇ ਹੈ ਵੀਰ ਵੀਰਾਂ ਦੇ ਹੈ ਦਰਦੀ ਹੁੰਦੇ ਤੇ ਵੀਰ ਵੀਰਾਂ ਦੀਆਂ ਬਾਵਾਂ ਅੱਜ ਯਾਦ ਕਰੇ ਤੇਰਾ ਢੋਗ ਹੱਲਾ ਦੀ ਕਸਮ ਉਠਾ ਗਿਆ ਨਾ ਤੇ ਬਾਪ ਸੀਰਾਂ ਦੇ ਹੈ ਤਾਜ ਮੁਹੰਮਦ ਤੇ ਮਾਵਾਂ ਠੰਡੀਆਂ ਛਾਵਾਂ ਆ ਮੇਰੇ ਨਬੀ ਦੀ ਹਦੀਸ ਸੁਣਿਆ ਰੇ ਹੱਲਾ ਦਾ ਕੁਰਾਨ ਸੁਣਿਆ ਰੇ ਹੱਲਾ ਫਰਮਾਂਦਾ ਉਫੀਂ ਵਾਲਾ ਤਨ ਹਰ ਹੁਮਾ ਵਕੁੱਲਹੁਮਾ ਕੌਲੇ ਕਰੀ ਵਾਸਤੇ ਅੱਜ ਦੀ ਬਜ਼ਮ ਸਜਾਈ ਗਈ ਉਹਨਾਂ ਦੇ ਬੇਟੇ ਜਨਾਬੇ ਮੋਹਤਰਮ ਖਾਲਦ ਮਾਮੂਦ ਸਾਹਿਬ ਜਨਾਬੇ ਮੋਹਤਰਮ ਅਨਸਰ ਮਾਮੂਦ ਸਾਹਿਬ ਜਨਾਬੇ ਮੋਹਤਰਮ ਮਸਊਦ ਯੂਕੇ ਜਨਾਬੇ ਤਾਲਬ ਹੁਸੈਨ ਜ਼ਫਰ ਮਾਮੂਦ ਗਾਲਬ ਹੁਸੈਨ ਔਰ ਉਹਨਾਂ ਦੇ ਪੋਤੇ ਜਿਨ੍ਹਾਂ ਨੇ ਅੱਜ ਦੀ ਸਾਰੀ ਬਜ਼ਮ ਦਾ ਇਨੇਕਾਦ ਕੀਤਾ ਜਨਾਬੇ ਮੋਹਤਰਮ ਭਾਈ ਬਾਬੂ ਸਾਹਿਬ ਅਲੀ ਰਜ਼ਾ ਫੈਜ਼ਾਨ ਯੂਕੇ ਰਿਹਾਨ ਜ਼ਿਆਨ ਯੂਕੇ ਔਰ ਜੁਮਲਾ ਅਹਿਲੇ ਖਾਨਾ ਜਿਨ੍ਹਾਂ ਨੇ ਅੱਜ ਦੀ ਬਜ਼ਮ ਨੂੰ ਸਜਾਇਆ ਔਰ ਇੱਕ ਇਹਨਾਂ ਦਾ ਪੋਤਾ ਦੁਬਈ ਦੇ ਅੰਦਰ ਮਾਸ਼ਾਅੱਲਾ ਅੱਲਾ ਪਾਕ ਸਭ ਦੀਆਂ ਬਰਕਤਾਂ ਤਾਂ ਫਰਮਾਏ ਅੱਲਾ ਪਾਕ ਇਹਨਾਂ ਦੇ ਦਾਦਾ ਜਾਨ ਦੀ ਕਾਮਿਲ ਬਖਸ਼ਿਸ਼ ਉਹ ਮਗਫਰਤ ਫਰਮਾਏ ਬਾਬਾ ਜੀ ਟਾਈਮ ਬਹੁਤ ਜ਼ਿਆਦਾ ਹੋ ਚੁੱਕਿਆ ਮੈਂ ਬਿਲਾ ਤਮਹੀਦ ਹੀ ਆਪਣੀ ਗੁਫਤਗੂ ਦਾ ਆਗਾਜ਼ ਕਰਨ ਵਾਲਾ ਕਿਉਂਕਿ ਮੈਂ ਵੀ ਵਾਪਸ ਗੁਜਰਾਤ ਪਹੁੰਚਣਾ 3 ਵਜੇ ਤੱਕ ਅਤੇ ਉੱਥੇ ਵੀ ਜ਼ਰੂਰੀ ਹੈ ਅਤੇ ਇੱਥੇ ਵੀ ਜ਼ਰੂਰੀ ਸੀ ਅਤੇ ਮੈਂ ਆਪਣੇ ਟਾਈਮ 'ਤੇ ਇੱਥੇ ਵੀ ਪਹੁੰਚ ਗਿਆ ਸਾਂ ਤਕਰੀਬਨ 10:30 ਵਜੇ ਤੋਂ ਪਹਿਲੇ ਪਹਿਲੇ ਅਸੀਂ ਇੱਥੇ ਪਹੁੰਚ ਗਏ ਸਾਂ 10 ਵਜੇ ਤੱਕ ਬੜਾ ਸੋਹਣਾ ਇੰਤਜ਼ਾਮ ਕੀਤਾ ਬਾਬੇ ਦੇ 6 ਪੁੱਤਰ ਨੇ ਅੱਲਾ ਪਾਕ ਸਾਹਿਬ ਨੂੰ ਸਿਹਤਾਂ ਤੰਦਰੁਸਤੀਆਂ ਤਾਂ ਫਰਮਾਏ ਸਟੇਜ ਦੀ ਜ਼ੀਨਤ ਬਹਾਰ ਬੈਠੀ ਏ ਉਲਮਾ ਅਹਲੇ ਸੁਨਤ ਤਸ਼ਰੀਫ ਫਰਮਾ ਨੇ ਸਦਾ ਤਸ਼ਰੀਫ ਫਰਮਾ ਨੇ ਅੱਲਾ ਪਾਕ ਇਹਨਾਂ ਦਾ ਸਾਇਆ ਸਾਡੇ ਸਿਰਾਂ 'ਤੇ ਤਦੇਰ ਕਾਇਮ ਦਾਇਮ ਫਰਮਾਏ ਇੱਕ ਗੱਲ ਮੈਂ ਢੋਕਾ ਲਿਓ ਤੁਹਾਨੂੰ ਦੱਸਾਂ ਇਹ ਬਾਬੇ ਜੀ ਦੀ ਬਖਸ਼ਿਸ਼ ਵਾਸਤੇ ਇੰਨੇ ਉਲਮਾ ਅਤੇ ਸੈਯਦਾਂ ਦਾ ਆਉਣਾ ਹੀ ਕਾਫੀ ਹੈ ਇਹ ਸਟੇਜ ਦੀ ਜ਼ੀਨਤ ਜਿਹੜੇ ਸੈਯਦ ਉਸਾਫ ਸ਼ਾਹ ਸਾਹਿਬ ਤੁਸੀਂ ਪਹਿਲੇ ਵੀ ਮੁਲਾਕਾਤ ਹੋ ਚੁੱਕੀ ਇਹਨਾਂ ਨਾਲ ਅੱਲਾ ਪਾਕ ਅਜ਼ੀਮ ਹਸਤੀ ਨੇ ਦੂਸਰੇ ਸਦਾਤ ਜਿੰਨੇ ਵੀ ਸਾਰੇ ਮੇਰੇ ਸਿਰ 'ਤੇ ਤਾਜ ਨੇ ਬਾਬਾ ਜੀ ਮੈਨੂੰ ਸਿਆਲਕੋਟ ਤੋਂ ਇਹਨਾਂ ਨੇ ਬੁਲਾਇਆ ਯੂਕੇ ਤੋਂ ਫੋਨ ਆਏ ਉਹਨਾਂ ਕਿਹਾ ਜੀ ਅਲਾਮਾ ਸਾਹਿਬ ਨੂੰ ਬੁਲਾਓ ਅਤੇ ਮੈਂ ਤੁਹਾਡੀ ਜ਼ਿਆਰਤ ਵਾਸਤੇ ਹਾਜ਼ਰ ਹਾਂ ਮੈਂ ਨਾ ਅੱਜ ਉਸ ਦਾਦੇ ਦੀ ਰੂਹ ਵੀ ਖੁਸ਼ ਹੁੰਦੀ ਹੋਣੀ ਕਬਰ ਵਿੱਚ ਵੀ ਮੇਰੇ ਉਹ ਪੋਤੋ ਅੱਜ ਦਾਦੇ ਨੂੰ ਯਾਦ ਰੱਖਿਆ ਜੇ ਅਤੇ ਪੁੱਤਰਾਂ ਵਾਸਤੇ ਵੀ ਸ਼ਾਬਾਸ਼ ਹੈ ਕਿ ਉਹਨਾਂ ਅੱਬੇ ਦਾ ਬਾਬਾ ਜੀ ਯਾਦ ਰੱਖਿਆ ਇਹ ਸਾਲੇ ਸਵਾਬ ਦੀ ਮਹਿਫਲ ਸਜਾਈ ਲੋਕਾਂ ਨੂੰ ਬੁਲਾਇਆ ਪੂਰਾ ਢੋਕ ਆਇਆ ਤੁਸੀਂ ਆਏ ਇਹ ਵੀਡੀਓ ਬਣ ਰਹੀ
ਸੁਬਾ ਹੀ ਪੂਰੀ ਦੁਨੀਆ ਤੇ ਯੂਰਪ ਤੱਕ ਅਰਬ ਮਮਾਲਕ ਤੱਕ ਪਹੁੰਚ ਜਾਣੀ ਹੈ ਯੂਟਿਊਬ ਫੇਸਬੁੱਕ ਤੇ ਮੈਂ ਚਾਹੁੰਦਾ ਕਿ ਜਿੱਥੇ ਵੀ ਆਵਾਜ਼ ਆਵੇ ਲੋਕ ਸੁਣ ਕੇ ਇਹ ਜ਼ਰੂਰ ਆਖਣ ਕਿ ਬਾਬਾ ਜੀ ਪੁੱਤਰ ਮੰਗਦੇ ਨੇ ਪਿਓ ਵਾਲਦੈਨ ਪੁੱਤਰ ਇਸ ਵਾਸਤੇ ਮੰਗਦੇ ਨੇ ਵੀ ਜਦੋਂ ਅਸੀਂ ਵਡੇਰੇ ਹੋ ਜਾਈਏ ਤੇ ਸਾਡਾ ਸਹਾਰਾ ਬਣਨ ਤੇ ਜਦੋਂ ਦੁਨੀਆ ਤੋਂ ਟੁਰ ਜਾਈਏ ਤੇ ਸਾਡੀ ਕਬਰ ਤੇ ਖਲੋ ਕੇ ਕੁਰਾਨ ਪੜ੍ਹਨ। ਇੱਕ ਵਾਰੀ ਗੱਜ ਕੇ ਬੋਲੋ ਹਾਂ ਸੁਬਹਾਨ ਅੱਲਾ। ਮੇਰੀ ਪਹਿਲੀ ਹਾਜ਼ਰੀ ਹੈ, ਮੈਨੂੰ ਨਹੀਂ ਪਤਾ ਤੁਹਾਡਾ ਕਿਸ ਤਰ੍ਹਾਂ ਦਾ ਜ਼ੌਕ ਹੈ, ਲੇਕਿਨ ਹੁਣੇ ਪਤਾ ਚੱਲ ਜਾਣਾ ਮੈਂ ਸਿਆਲਕੋਟ ਜਾਵਾਂ ਤੇ ਵਾਕਈ ਆਖਾਂ ਵੀ ਮੈਂ ਦੀਨੇ ਪੜ੍ਹ ਕੇ ਆਇਆ ਤੇ ਦੁਨੀਆ ਵੀ ਵੀਡੀਓ ਦੇ ਥਰੂ ਵੇਖੇ ਵਾਕਈ ਪੁੱਤਰਾਂ ਨੇ ਤੇ ਪੋਤਰਿਆਂ ਨੇ ਹੱਕ ਅਦਾ ਕੀਤਾ। ਬਾਬਾ ਜੀ ਰੱਬਾ ਨਗਫਿਰਲੀ ਵਾਲੀ ਵਾਲੀ ਦਈਆ। ਜਿੰਨਾ ਟਾਈਮ ਤੁਸੀਂ ਮੈਨੂੰ ਦਿਓਗੇ ਮੈਂ ਇਨਸ਼ਾਅੱਲਾ ਦੋ ਤਿੰਨ ਮਿੰਟ ਉਸ ਟਾਈਮ ਤੋਂ ਪਹਿਲਾਂ ਹੀ ਆਪਣੀ ਤਕਰੀਰ ਜਿਹੜੀ ਉਹ ਵਾਇੰਡ ਅਪ ਕਰ ਲਾਂਗਾ, ਕਿਉਂਕਿ ਮੈਨੂੰ ਵੀ ਜਲਦੀ ਹੈ ਤੇ ਤੁਹਾਨੂੰ ਵੀ ਜਲਦੀ, ਬੜੀ ਦੇਰ ਦੇ ਤੁਸੀਂ ਵੀ ਬੈਠੇ ਹੋ। ਕਿੰਨਾ ਟਾਈਮ ਹੈ ਜਨਾਬ? ਇਹ ਮੋਬਾਈਲ ਦੇ ਇੱਧਰ ਟਾਈਮ ਵਿਖਾ। 12:30 ਵਜੇ ਦੁਆ ਮੰਗਣੀ ਹੈ, ਮੈਂ 12:30 ਤੋਂ 10 ਮਿੰਟ ਪਹਿਲਾਂ ਤਕਰੀਰ ਛੱਡ ਦਿਆਂਗਾ, ਫਿਰ ਖਤਮੇ ਪਾਕ ਦੇ ਨਾਲ ਹੀ ਦੁਆ ਹੋ ਜਾਏਗੀ। ਠੀਕ ਹੈ, ਰਾਜ਼ੀ ਹੋ ਜੀ? ਤਵੱਜੋ ਫਰਮਾਓ ਇਨਸ਼ਾਅੱਲਾ। ਮੈਂ 35-40 ਮਿੰਟਾਂ 'ਚ ਤੁਹਾਡਾ ਕੰਮ ਕਰ ਛੱਡਣਾ। ਤੁਸੀਂ ਜੁਮਲੇ ਸਮਾਤ ਫਰਮਾਇਓ, ਦਿਲ ਅੰਦਰੋਂ ਸੁਣੋਗੇ ਤੇ ਫਿਰ ਇਨਸ਼ਾਅੱਲਾ ਦਿਲ 'ਤੇ ਗੱਲ ਵੱਜੇਗੀ। ਬਾਬਾ ਜੀ ਕੁਰਾਨ ਪਾਕ ਦੇ ਅੰਦਰ ਅੱਲਾਹ ਤਾਲਾ ਨੇ ਐਲਾਨ ਫਰਮਾਇਆ, ਰੱਬਾ ਨਗਫਿਰਲੀ ਵਲੀ ਵਾਲੀ ਦਈਆ। ਜਦੋਂ ਵੀ ਨਮਾਜ਼ੀ ਨਮਾਜ਼ ਅਦਾ ਕਰਦਾ, ਉਲਾਮਾ ਤਸ਼ਰੀਫ ਫਰਮਾਨੇ, ਅੱਤਾ ਹੀ ਯਾਦ ਵਿੱਚ ਬਹਿੰਦਾ, ਸਜਦਾ ਵੀ ਕਰਦਾ, ਰਕੂ ਵੀ ਕਰਦਾ, ਕਿਆਮ ਵੀ ਕਰਦਾ, ਉਹਦੀਆਂ ਤਸਵੀਆਂ ਵੀ ਬਿਆਨ ਕਰਦਾ, ਹਮਦੋ ਸਨਾਹ ਵੀ ਕਰਦਾ, ਦਰੂਦੇ ਇਬਰਾਹੀਮੀ ਵੀ ਪੜ੍ਹਦਾ, ਸਲਾਮ ਫੇਰਨ ਤੋਂ ਪਹਿਲਾਂ ਅੱਲਾਹ ਫਰਮਾਉਂਦਾ, ਅੱਲਾਹ ਦਾ ਨਬੀ ਫਰਮਾਉਂਦਾ, ਇੱਕ ਦੁਆ ਕਰ, ਯਾ ਅੱਲਾ ਯਾ ਰਸੂਲੱਲਾ। ਦੁਆ ਕਿਹੜੀ ਹੈ? ਅਤਵੱਜੋ ਫਰਮਾਇਆ ਜੇ ਦੁਆ ਕਿਹੜੀ ਹੈ? ਅੱਲਾਹ ਦੇ ਨਬੀ ਫਰਮਾਉਂਦੇ ਨੇ ਦੁਆ ਮੰਗਣੀ ਆ, ਰੱਬਾ ਨਗਫਿਰਲੀ ਵਲੀ ਵਾਲੀ ਦਈਆ। ਅੱਜ ਸਾਡੇ ਜਨਾਬੇ ਵਾਲਾ ਖਤਮ ਚੇਲਮ ਦਾ ਹੋਏ ਤੇ ਫਤਵਾ, ਖਤਮ ਸਲਾਨਾ ਹੋਵੇ ਤੇ ਫਤਵਾ, ਜਨਾਬੇ ਵਾਲਾ ਦੁਆ ਮੰਗੀ ਜਾਏ ਤੇ ਫਤਵਾ, ਜਨਾਬੇ ਵਾਲਾ ਫਰੂਟ ਅੱਗੇ ਰੱਖਿਆ ਜਾਏ ਤੇ ਫਤਵਾ। ਜੀ ਇਹ ਸੁਨੀਆਂ ਕਿੱਥੋਂ ਕੱਢ ਲਿਆ? ਮੈਂ ਕਿਹਾ ਸੁਨੀਆਂ ਨਹੀਂ ਕੱਢਿਆ, ਇਹ ਅੱਲਾਹ ਦੇ ਕੁਰਾਨ ਵਿੱਚੋਂ ਨਿਕਲਿਆ ਹੋਇਆ ਹੈ। ਹੱਥ ਬੁਲੰਦ ਕਰਕੇ ਬੋਲੇ ਜ਼ਰਾ ਸੁਬਹਾਨ ਅੱਲਾ, ਮੈਂ ਤੇਰਾ ਜ਼ੌਕ ਵੇਖਾਂ, ਇਹ ਅੱਲਾਹ ਦੇ ਕੁਰਾਨ ਚੋਂ ਨਿਕਲਿਆ। ਮੈਨੂੰ ਇੱਕ ਮੌਲਵੀ ਕਹਿਣ ਲੱਗਾ, ਸੁਲਤਾਨੀ ਕੁਰਾਨ 'ਚ ਹੈ ਖਤਮ? ਮੈਂ ਕਿਹਾ ਹੈ ਵੇ, ਤੂੰ ਪੜ੍ਹਿਆ? ਆਂਦਾ ਪੜ੍ਹਿਆ। ਮੈਂ ਕਿਹਾ ਤੂੰ ਪੜ੍ਹਿਆ, ਤੂੰ ਸਮਝਿਆ ਨਹੀਂ? ਜੇ ਤੂੰ ਸਮਝਿਆ ਹੁੰਦਾ ਤੇ ਤੈਨੂੰ ਪਤਾ ਲੱਗਦਾ ਕਿ ਖਤਮ ਕਹਿੰਦੇ ਕਿਹਨੂੰ ਨੇ। ਇਹ ਸਾਰੀ ਬਰਾਦਰੀ ਬੈਠੀ, ਇੰਨੇ ਪੋਤਰੇ ਤੇ ਪੁੱਤਰ ਬੈਠੇ ਹੋ, ਅਲਲ ਐਲਾਨ ਤੇਰੀ ਟੋਕ ਵੇ ਸੁਲਤਾਨੀ ਜੁਮਲੇ ਦੇ ਕੇ ਡੁਰ ਚੱਲੇ। ਰੱਬੇ ਕਾਬਾ ਦੀ ਕਸਮ ਹੈ, ਸਾਨੂੰ ਪੁੱਛ ਵੀ ਅਸੀਂ ਖਤਮ ਕਹਿੰਦੇ ਕਿਹਨੂੰ ਆ? ਖਤਮ ਦਾ ਮਾਣਾ ਹੈ ਦੁਆ ਕਰਨਾ। ਕੀ ਮਾਣਾ ਹੈ ਖਤਮ ਦਾ? ਦੁਆ ਕਰਨਾ। ਜਿਹੜੇ ਟੁਰ ਗਏ ਨੇ ਉਹਨਾਂ ਵਾਸਤੇ ਵੀ ਦੁਆ, ਜਿਹੜੇ ਜ਼ਿੰਦਾ ਨੇ ਉਹਨਾਂ ਵਾਸਤੇ ਵੀ ਦੁਆ, ਹਰ ਬੰਦੇ ਵਾਸਤੇ ਦੁਆ ਕੀਤੀ ਜਾਂਦੀ ਹੈ। ਮੈਂ ਕਿਹਾ ਕੁਰਾਨ ਤੂੰ ਸਾਬੇ ਤੇ ਦੁਆ ਕਰਨੀ ਆਂਦਾ ਅੰਮਾ ਵਾਸਤੇ ਸਾਬਤ ਹੈ, ਅੱਬੇ ਵਾਸਤੇ? ਮੈਂ ਕਿਹਾ ਅੰਮਾ ਤੇ ਅੱਬੇ ਵਾਸਤੇ ਤੇ ਸਾਬਤ ਹੈ, ਨਸੇ ਕਦੀ ਤੂੰ ਸਾਬਤ ਹੈ ਕਿ ਦੁਆ ਕਰੋ। ਮਾਸ਼ਾਅੱਲਾ ਲਜਪਾਲ ਸਾਊਂਡ, ਅੱਲਾਹ ਤੁਹਾਨੂੰ ਮਜ਼ੀਦ ਬਰਕਤਾਂ ਅਤਾ ਫਰਮਾਏ, ਤੇਰਾ ਸਾਊਂਡ ਵੀ ਸੁਬਾ ਦੁਨੀਆ ਤੇ ਚੱਲ ਜਾਏ। ਅੱਲਾਹ ਦੀ ਇੱਜ਼ਤ ਦੀ ਕਸਮ ਉਠਾ ਕੇ ਆਨਾ, ਇੱਧਰ ਰੱਬਾ ਨਗ ਫਿਰਲੀ ਵਾਲੀ ਵਾਲੀ ਦਈਆ। ਅੱਲਾਹ ਫਰਮਾਂਦਾ ਮੰਗ ਦੁਆ। ਜਿਹੜੇ ਮੌਲਵੀ ਆਉਂਦੇ ਸਨ ਨਾ, ਦੁਆ ਜਾਂਦੀ ਨਹੀਂ, ਅੱਲਾ ਉਹਨਾਂ ਕੋਲ ਵੀ ਮੰਗਵਾ ਛੱਡੀ ਏ। ਆਏ ਹਾਏ ਹਾਏ, ਅੱਲਾ ਉਹਨਾਂ ਕੋਲ ਵੀ ਅੱਤਾ ਯਾ ਚ ਬਹਿ ਕੇ ਅੱਲਾ ਪਿਆਂਦਾ ਮੰਗੋ ਦੁਆ। ਯਾ ਅੱਲਾ ਕਿਹਦੇ ਵਾਸਤੇ? ਫਰਮਾਇਆ ਅੰਮਾ ਵਾਸਤੇ। ਯਾ ਅੱਲਾ ਕਿਹਦੇ ਵਾਸਤੇ? ਫਰਮਾਇਆ ਅੱਬੇ ਵਾਸਤੇ। ਅਸ਼ਾ ਜੀ ਦੁਆ ਕਰਨੀ ਹੈ ਨਾ ਅੱਜ ਤੁਹਾਡੇ ਵਾਲਿਦ ਵਾਸਤੇ, ਮੁਹੰਮਦ ਗੁਲਾਮ ਮਰਹੂਮ ਵਾਸਤੇ। ਬਾਬਾ ਜੀ ਅੱਲਾ ਦਾ ਕੁਰਾਨ ਐਲਾਨ ਫਰਮਾ ਰਿਹਾ, ਰੱਬਾ ਨਗੀ ਫਿਰਲੀ ਵਲੀ ਵਾਲੀ ਦਈਆ, ਵਲੀ ਵਾਲੀ ਦਈਆ, ਵਲੀ ਮੁਮਿਨੀ, ਵਲੀ ਮੁਮਿਨੀ ਨਯੋਮ ਯਾ
ਕੋਮਲ ਹਿਸਾਬ ਅੱਜ ਛੇ ਪੁੱਤਰ ਬੈਠੇ ਹੋਇਓ ਅੱਜ ਗੁਲਾਬ ਦੀਨ ਦੀ ਆਲ ਔਲਾਦ ਬੈਠੀ ਹੋਇਓ ਸਾਰੀ ਦੁਨੀਆ ਵੀ ਸੁਣਦੀ ਏ ਅੱਲਾ ਦਾ ਕੁਰਾਨੀ ਐਲਾਨ ਫਰਮਾ ਰਿਹਾ ਟੋਕਾ ਲੈ ਇੱਧਰ ਵੇਖੀ ਅੱਲਾ ਦਾ ਕੁਰਾਨੀ ਐਲਾਨ ਫਰਮਾ ਰਿਹਾ ਏ ਰੱਬਾ ਨਗੀ ਫਿਰਲੀ ਵਾਲੀ ਵਾਲੀ ਦਈਆ ਅੱਲਾ ਫਰਮਾਂਦਾ ਅੰਮਾ ਵਾਸਤੇ ਵੀ ਦੁਆ ਮੰਗਿਆ ਰੇ ਆਏ ਹਾਏ ਅੱਲਾ ਫਰਮਾਂਦਾ ਬਾਪ ਵਾਸਤੇ ਵੀ ਦੁਆ ਮੰਗਿਆ ਰੇ ਮੈਂ ਕਿਹਾ ਯਾ ਅੱਲਾ ਮੌਲਵੀ ਆਂਦੇ ਨੇ ਦੁਆ ਕਿੱਥੇ ਲਿਖੀ ਏ ਦੁਆ ਜਾਂਦੀ ਨੇ ਦੁਆ ਲੱਗਦੀ ਨਹੀਂ ਹਲਲ ਐਲਾਨ ਜੁਮਲਾ ਦੇਣ ਲਗਾਵਾਂ ਹਲਲ ਐਲਾਨ ਜੁਮਲਾ ਪੜਨ ਲਗਾਵਾਂ ਅੱਲਾ ਨੇ ਫਰਮਾਇਆ ਦੁਆ ਮੰਗੀ ਜਾ ਦੁਆ ਕਰੀ ਜਾ ਵਾਈਜ਼ਾ ਸਾਲਾ ਕਾਈ ਬਾਦੀ ਹੰਨੀ ਫਾਇਨੀ ਕਰੀ ਸੁਣੀ ਅੱਲਾ ਫਰਮਾਂਦਾ ਦੁਆ ਮੰਗੋ ਯਾ ਅੱਲਾ ਕਦੋਂ ਮੰਗੀਏ ਅੱਲਾ ਫਰਮਾਂਦਾ ਰਾਤ ਮੰਗੇਗਾ ਫਿਰ ਵੀ ਸੁਣਾਗਾ ਤਵੱਜੋ ਜੀ ਅੱਲਾ ਫਰਮਾਂਦਾ ਫਜਰ ਵੇਲੇ ਮੰਗ ਫਿਰ ਵੀ ਸੁਣਾਗਾ ਜ਼ੁਹਰ ਵੇਲੇ ਮੰਗ ਫਿਰ ਵੀ ਸੁਣਾਗਾ ਅਸਰ ਵੇਲੇ ਮੰਗ ਫਿਰ ਵੀ ਸੁਣਾਗਾ ਇਹ ਜੁਮਲੇ ਸੀਨੇ ਤੇ ਲਿਖ ਕੇ ਲੈ ਜਾਇਆ ਰਹੇ ਅੱਜ ਸਿਆਲਕੋਟ ਮੌਲਵੀ ਆ ਕੇ ਜੁਮਲੇ ਦੇਣ ਲਗਾਏ ਅੱਲਾ ਫਰਮਾ ਰਿਹਾ ਏ ਅੱਧੀ ਰਾਤ ਨੂੰ ਦੁਆ ਮੰਗੇਗਾ ਮੈਂ ਅੱਧੀ ਰਾਤ ਨੂੰ ਤੇਰੀ ਦੁਆ ਸੁਣਾਗਾ ਫਜਰੀ ਵੇਲੇ ਮੰਗੇਗਾ ਸੁਣਾਗਾ ਤਹੱਜਦ ਵੇਲੇ ਮੰਗੇਗਾ ਸੁਣਾਗਾ ਮੈਂ ਕਿਹਾ ਮੌਲਾ ਹਲਲ ਐਲਾਨ ਜੁਮਲੇ ਸੁਣਿਆ ਰੇ ਮੈਂ ਕਿਹਾ ਯਾ ਅੱਲਾ ਦੁਆ ਅਸੀਂ ਮੰਗਣੀ ਏ ਸਾਰੀ ਦੁਨੀਆ ਨੂੰ ਵੀਡੀਓ ਥਰੂ ਫਰਾਮ ਸੁਲਤਾਨੀ ਦੇ ਰਿਹਾ ਏ ਅੱਲਾ ਫਰਮਾਂਦਾ ਮੰਗਣਾ ਤੇਰਾ ਕੰਮ ਏ ਅਤਾ ਕਰਨਾ ਸਾਡਾ ਕੰਮ ਏ ਸੁਣਿਓ ਯਾਰ ਅੱਲਾ ਫਰਮਾਂਦਾ ਮੰਗਣਾ ਤੇਰਾ ਕੰਮ ਏ ਅਤਾ ਕਰਨਾ ਮੇਰਾ ਕੰਮ ਏ ਅੱਲਾ ਫਰਮਾਂਦਾ ਜਿਸ ਵੇਲੇ ਮੰਗੇਗਾ ਅਸੀਂ ਉਸੇ ਵੇਲੇ ਸੁਣਾਗੇ ਵਾਈਜ਼ਾ ਸਾਲਾ ਕਾ ਇਬਾਦੀ ਅੰਨੀ ਫਾਇਨੀ ਕਰੀ ਬਾਬਾ ਜੀ ਜਿਸ ਬਾਪ ਦੀ ਕਬਰ ਤੇ ਖਲੋ ਕੇ ਓਏ ਛੇ ਪੁੱਤਰ ਪਿਓ ਦੀ ਕਬਰ ਤੇ ਖਲੋਤੇ ਹੋਣੇ ਨੇ ਆਂਦੇ ਹੋਣੇ ਨੇ ਬਾਬਾ ਟੁਰ ਗਿਆ ਏ ਹਾਜੀ ਪੁੱਤਰਾਂ ਨੂੰ ਯਤੀਮ ਕਰ ਗਿਆ ਏ ਹਾਜੀ ਪੋਤਰੇ ਵੀ ਖਲੋਤੇ ਹੋਏ ਨੇ ਹਾਜੀ ਦੋਤਰੇ ਵੀ ਆਏ ਹੋਏ ਨੇ ਅੱਜ ਸਾਰਾ ਪਿੰਡ ਮਜੋਦ ਅੱਜ ਸਾਰਾ ਟੋਕ ਮਜੋਦ ਹੈ ਸਜਣਾ ਪਿਓ ਨਾਲ ਬੜੀਆਂ ਬਹਾਰਾਂ ਆਉਂਦੀਆਂ ਨੇ ਹੈ ਸਜਣਾ ਬਾਪ ਨਾਲ ਬੜੀਆਂ ਰੌਣਕਾਂ ਆਉਂਦੀਆਂ ਨੇ ਜਿਨ੍ਹਾਂ ਦੇ ਸਿਰ ਤੇ ਬਾਪ ਆਉਂਦਾ ਏ ਓਏ ਸਾਏ ਉਹਨਾਂ ਤੇ ਆਉਂਦੇ ਨੇ ਰਹਿਮਤਾਂ ਉਹਨਾਂ ਤੇ ਆਉਂਦੀਆਂ ਨੇ ਤਵੱਜੋ ਕਰੀ ਅੱਲਾ ਦਾ ਕਰਮ ਉਹ ਦੇ ਦੇ ਅੱਲਾ ਦਾ ਫਜ਼ਲ ਉਹ ਦੇ ਦੇ ਓਏ ਛੇਓ ਪੁੱਤਰੋ ਤੁਹਾਨੂੰ ਗੁਲਾਬ ਦੀਨ ਨੇ ਪਾਲਿਆ ਏ ਹੈ ਤੁਹਾਨੂੰ ਜਵਾਨ ਕੀਤਾ ਜੇ ਅੱਲਾ ਬਜ਼ੁਰਗੋ ਤੁਹਾਡਾ ਰੋਣਾ ਕਬੂਲ ਕਰੇ ਉਹਨੇ ਪੁੱਤਰਾਂ ਨੂੰ ਕਮੀ ਨਹੀਂ ਆਉਣ ਦਿੱਤੀ ਉਹਨੇ ਪੋਤਰੀਆਂ ਨੂੰ ਕਮੀ ਨਹੀਂ ਆਉਣ ਦਿੱਤੀ ਹਾਜੀ ਬਾਬਾ ਜੀ ਮਕਾਨ ਵੀ ਬਣ ਗਏ ਨੇ ਹਾਜੀ ਕੋਠੀਆਂ ਵੀ ਬਣ ਗਈਆਂ ਨੇ ਹਾਜੀ ਗੱਡੀਆਂ ਵੀ ਆ ਗਈਆਂ ਨੇ ਉਸ ਦਾਦੇ ਨੂੰ ਸਲਾਮ ਕਰਿਆ ਜੇ ਜਿਸ ਦਾਦੇ ਦੀ ਔਲਾਦ ਬੈਠੀ ਹੋਇਓ ਜਿਸ ਗੁਲਾਬ ਦੀਨ ਦੀ ਆਲ ਔਲਾਦ ਬੈਠੇ ਹੋ ਹੋਇਓ ਸਾਰੀ ਜ਼ਿੰਦਗੀ ਤੁਹਾਡੀਆਂ ਖੈਰਾਂ ਮੰਗਦਾ ਟੁਰ ਗਿਆ ਏ ਸਾਰੀ ਜ਼ਿੰਦਗੀ ਦੁਆਵਾਂ ਕਰਦਾ ਟੁਰ ਗਿਆ ਏ ਯਾ ਅੱਲਾ ਮੇਰੇ ਪੋਤਰਿਆਂ ਦੀ ਖੈਰ ਹੋਵੇ ਹੋਏ ਕੋਈ ਯੂਕੇ ਬਹਿ ਕੇ ਰੋਂਦਾ ਆਉਣਾ ਏ ਕੋਈ ਯੂਰਪ ਬਹਿ ਕੇ ਰੋਂਦਾ ਆਉਣਾ ਏ ਅੱਲਾ ਦੀ ਕਸਮ ਟੋਕਾ ਲਿਆ ਮੇਰੇ ਵੱਲ ਵੇਖਿਆ ਰੇ ਕਦੀ ਪਿਓ ਨੂੰ ਗਾਲੀ ਨਾ ਦਿਆ ਰੇ ਕਦੀ ਬਾਪ ਨੂੰ ਝਿੜਕ ਨਾ ਮਾਰਿਆ ਰੇ ਕਦੀ ਬਾਪ ਨੂੰ ਦਾਬਾ ਨਾ ਮਾਰਿਆ ਰੇ ਹੇ ਬਾਪ ਤੇ ਬੇੜੇ ਦਾ ਸਤੂਣ ਹੁੰਦੇ ਨੇ ਹੇ ਬਾਪ ਤੇ ਬੇੜੇ ਦਾ ਚੈਨ ਹੁੰਦੇ ਨੇ ਇੱਧਰ ਵੇਖੇ ਪੁੱਤਰ ਪਾ ਜਾ ਥੱਲੇ ਹਲਲ ਐਲਾਨ ਜੁਮਲੇ ਦੇਣ ਲਗਾ ਹੈ ਜਿਹਨੇ ਪਿਓ
ਉਹਨੂੰ ਸਤਾਇਆ ਵੇ, ਉਹਨੇ ਅੱਲਾ ਨੂੰ ਨਾਰਾਜ਼ ਕੀਤਾ ਏ, ਜਿਹਨੇ ਬਾਪ ਨੂੰ ਦਾਬਾ ਮਾਰਿਆ ਏ। ਹਾਜੀ ਬੀਵੀ ਸ਼ਾਜੀ ਅੱਗੇ ਹੋ ਗਈ, ਹਾਜੀ ਪਿਓ ਪਿੱਛੇ ਹੋ ਗਏ ਨੇ, ਹਾਜੀ ਬੱਚੇ ਅੱਗੇ ਹੋ ਗਏ, ਹਾਜੀ ਮਾਂ ਪਿੱਛੇ ਹੋ ਗਈ। ਆਂਦਾ ਮੈਂ ਬੀਵੀ ਰੱਖਾਂ ਜਾਂ ਅੱਪਾ ਰੱਖਾਂ, ਆਂਦਾ ਮੈਂ ਬੀਵੀ ਰੱਖਾਂ ਜਾਂ ਮਾਂ ਰੱਖਾਂ। ਹਲਲ ਇਲਾਨ ਦੀਨੇ ਵਾਲਿਆ, ਤੇਰੇ ਮਜਮੇ ਦੀਆਂ ਅੱਖਾਂ ਨਵੇਂ ਹੋ ਗਈਆਂ। ਹਏ ਆਪਣੇ ਪਿਓ ਨੂੰ ਸੀਨੇ ਲਾ ਲਿਆ ਰੇ, ਆਪਣੇ ਅੱਬੇ ਨੂੰ ਸੀਨੇ ਲਾ ਲਿਆ ਰੇ, ਆਪਣੇ ਬਾਪ ਦਾ ਮੱਥਾ ਚੁੰਮ ਲਿਆ ਰੇ, ਆਪਣੇ ਬਾਪ ਦਾ ਹੱਥ ਚੁੰਮ ਲਿਆ ਰੇ। ਹੱਲਾ ਦੀ ਕਸਮ ਟੋਕਾ ਲਿਆ, ਹਜੀ ਦੇ ਵੇੜੇ ਬਾਪ ਆਉਂਦਾ ਜੇ, ਉਹਦੇ ਵੇੜੇ ਰਹਿਮਤ ਦੇ ਦਰਵਾਜ਼ੇ ਖੁੱਲ ਜਾਂਦੇ ਨੇ। ਸੁਣੀ, ਉਹਦੇ ਵੇੜੇ ਕਰਮ ਦੇ ਦਰਵਾਜ਼ੇ ਖੁੱਲ ਜਾਂਦੇ ਨੇ, ਹੱਲਾ ਖੁਸ਼ੀ ਆਉਂਦਾ ਏ। ਹੇ ਇਹਨੇ ਪਿਓ ਨੂੰ ਸਾਂਭਿਆ ਹੋਇਆ ਵੇ, ਇਹਨੇ ਬਾਪ ਦੀਆਂ ਖਿਦਮਤਾਂ ਕੀਤੀਆਂ ਹੋਈਆਂ ਨੇ। ਹਜੀ ਯੂਕੇ ਰਹਿ ਕੇ ਪੋਤਰੇ ਪੇ ਰੋਂਦੇ ਨੇ, ਕਹਿੰਦੇ ਨੇ ਦਾਦਾ ਜੀ ਅਸੀਂ ਤੇਰੀ ਕਬਰ ਤੇ ਆ ਨਹੀਂ ਸਕੇ, ਅਸੀਂ ਤੇਰੇ ਜਨਾਜ਼ੇ ਨੂੰ ਗੰਦਾ ਦੇ ਨਹੀਂ ਸਕੇ। ਉੱਥੇ ਰੋ ਰੋ ਕੇ ਦੁਆਵਾਂ ਕਰਦੇ ਆਉਣੇ ਨੇ, ਆਂਦੇ ਆਉਣੇ ਨੇ ਮੌਲਾ ਬੜੀਆਂ ਮਿਹਨਤਾਂ ਸਾਡੇ ਦਾਦੇ ਨੇ ਕੀਤੀਆਂ ਨੇ। ਹੈ ਰੋਣ ਵਾਲਿਆਂ ਨੌਜਵਾਨਾਂ, ਅੱਲਾ ਤੇਰੀ ਅਥਰੂ ਸਲਾਮਤ ਰੱਖੇ। ਹਲਲ ਇਲਾਨ ਜੁਮਲੇ ਦੇ ਚੱਲਾ, ਸਾਰਾ ਪਿੰਡ ਤੇਰੇ ਖਿਲਾਫ ਹੋ ਜਾਏ। ਕਦੀ ਬਾਪ ਦੇ ਖਿਲਾਫ ਨਾ ਚੱਲਿਆ ਰੇ, ਕਦੀ ਮਾਂ ਦੇ ਖਿਲਾਫ ਨਾ ਚੱਲਿਆ ਰੇ। ਹੈ ਚਿੱਟੀਆਂ ਦਾੜੀਆਂ ਆਲੇ ਦੇ ਅਥਰੂ ਪੇ ਦੱਸ ਦੇਣ, ਬਾਬਾ ਜੀ ਸਾਰੀ ਜ਼ਿੰਦਗੀ ਸਾਈਕਲ ਤੇ ਗੁਜ਼ਾਰ ਛੱਡੀਏ, ਇਹਨੇ ਪੁੱਤਰਾਂ ਨੂੰ ਗੱਡੀਆਂ ਲੈ ਦਿੱਤੀਆਂ ਨੇ, ਇਹਨੇ ਪੁੱਤਰਾਂ ਨੂੰ ਮਕਾਨ ਬਣਾ ਦਿੱਤੇ ਨੇ, ਇਹਨੇ ਕਮੇਟੀਆਂ ਪਾ ਕੇ ਪੁੱਤਰਾਂ ਨੂੰ ਯੂਰਪ ਟੋਰਿਆ ਏ, ਇਹਨੇ ਜ਼ਮੀਨਾਂ ਵੇਚ ਕੇ ਪੁੱਤਰਾਂ ਨੂੰ ਯੂਕੇ ਟੋਰਿਆ ਏ। ਹਾਜੀ ਬਾਪ ਦੀ ਵਾਰੀ ਆਈ ਏ, ਹਾਜੀ ਪੁੱਤਰਾਂ ਕੋਲ ਟਾਈਮ ਕੋਈ ਨਹੀਂ। ਹਾਜੀ ਅੱਬੇ ਦੀ ਵਾਰੀ ਆਈ ਏ, ਹਾਜੀ ਨੂੰਹਾਂ ਕੋਲ ਟਾਈਮ ਕੋਈ ਨਹੀਂ। ਤਾਈਓ ਤੇ ਰੋਮੀ ਕਸ਼ਮੀਰ ਬੋਲਿਆ ਏ, ਤਾਈਓ ਤੇ ਖੜੀ ਦਾ ਤਾਜਦਾਰ ਬੋਲਿਆ ਏ। ਸਾਰੀ ਦੁਨੀਆਂ ਨੂੰ ਸੁਲਤਾਨੀ ਸ਼ੇਰ ਸੁਣਾ ਕੇ ਕਹਿ ਰਿਹਾ ਏ, ਇਹ ਮੀਆਂ ਮੁਹੰਮਦ ਬਖਸ਼ ਰਹਿਮਤੁੱਲਾ ਲੈ, ਅੱਲਾ ਤੇਰੀ ਕਬਰ ਤੇ ਕਰੋੜਾਂ ਰਹਿਮਤਾਂ ਦਾ ਨਜ਼ੂਲ ਕਰੇ। ਬੜੀ ਸੋਹਣੀ ਵੰਡ ਕਰਕੇ ਬਾਬਾ ਜੀ ਇੱਧਰ ਵੇਖਿਆ ਜੇ, ਮੀਆਂ ਸਾਹਿਬ ਨੇ ਕਲਮ ਉਠਾਈ ਏ, ਰੋਮੀ ਕਸ਼ਮੀਰ ਬੋਲਿਆ ਏ। ਮੀਆਂ ਸਾਹਿਬ ਆਂਦੇ ਨੇ ਸਦਾ ਨਾ ਬਾਗੀ ਹੈ, ਬੁੱਲੇ ਬੁੱਲੇ ਇੱਥੇ ਸੁਣੀ ਹੁਣ, ਹੈ ਸਦਾ ਨਾ ਬਾਗੀ ਹੈ, ਬੁੱਲੇ ਬੁੱਲੇ ਬੋਲੇ ਤੇ ਸਦਾ ਨਾ ਬਾਗ ਬਹਾਰਾਂ ਆਏ ਹਾਏ, ਸਦਾ ਨਾ ਬਾਗੀ ਹੈ ਬੁੱਲ ਬੁੱਲੇ। ਬਾਬਾ ਜੀ ਸੁਣੀ ਅੰਦਰੂ ਜ਼ਰਾ, ਸਦਾ ਨਾ ਬਾਗੀ ਹੈ, ਕੋਠੀਆਂ ਇੱਥੇ ਰਹਿ ਜਾਂਦੀਆਂ ਨੇ, ਹੈ ਜ਼ਮੀਨਾਂ ਇੱਥੇ ਰਹਿ ਜਾਂਦੀਆਂ ਨੇ, ਹੈ ਮਕਾਨ ਇੱਥੇ ਰਹਿ ਜਾਂਦੇ ਨੇ। ਵੱਡੇ ਵੱਡੇ ਚੌਧਰੀ ਟੁਰ ਗਏ ਨੇ, ਵੱਡੇ ਵੱਡੇ ਜਗੀਰਦਾਰੀ ਟੁਰ ਗਏ ਨੇ, ਤਾਈਓ ਤੇ ਮੀਆਂ ਸਾਹਿਬ ਆਂਦੇ ਨੇ ਸਦਾ ਨਾ ਬਾਗੀ ਹੈ, ਬੁੱਲ ਬੁੱਲੇ ਅੰਦਰੂ ਸੁਣਨਾ ਹੀ ਅੰਦਰੋਂ, ਹੈ ਸਦਾ ਨਾ ਬਾਗੀ ਹੈ, ਬੁੱਲ ਬੁੱਲੇ ਬੋਲੇ ਤੇ ਸਦਾ ਨਾ ਬਾਗ ਬਹਾਰਾਂ ਆਏ ਹਾਏ, ਸਦਾ ਨਾ ਬਾਗੀ ਹੈ, ਬੁੱਲ ਬੁੱਲੇ। ਸਾਰੇ ਦੀਵਾਨੇ ਬੈਠੇ ਹੋ ਮੀਆਂ ਸਾਹਿਬ ਦੇ, ਸਾਰੀ ਦੁਨੀਆਂ ਨੂੰ ਪਤਾ ਲੱਗੇ ਮੈਂ ਮੀਆਂ ਸਾਹਿਬ ਦੇ ਕਦਮਾਂ 'ਚ ਬਹਿ ਕੇ ਗੱਲ ਕੀਤੀ ਹੈ। ਹੈ ਸਦਾ ਨਾ ਬਾਗੀ ਹੈ, ਬੁੱਲ ਬੁੱਲੇ ਬੋਲੇ ਤੇ ਸਦਾ ਨਾ ਬਾਗ ਬਹਾਰਾਂ, ਹੈ ਸਦਾ ਨਾ ਮਾਪੇ ਹੋਏ ਦੋ ਕਾਲੀਓ, ਸਦਾ ਨਾ ਮਾਪੇ ਹੁਸਨੇ ਜਵਾਨੀ ਤੇ ਸਦਾ ਨਾ ਸੋਹੇ ਬਤੀਆਰਾਂ।
ਮੇਰੇ ਨਬੀ ਨੇ ਫਰਮਾਇਆ, ਇੱਧਰ ਜੁਮਲੇ ਸੁਣਿਆ ਨੇ, ਅੱਲਾ ਦਾ ਕੁਰਾਨ ਬੋਲਿਆ ਏ, ਮੁਹੰਮਦ ਦੀ ਜ਼ੁਬਾਨ ਬੋਲੀ ਏ, ਅੱਲਾ ਦਾ ਕੁਰਾਨ ਬੋਲਿਆ ਏ, ਰਸੂਲੁੱਲਾ ਦੀ ਜ਼ੁਬਾਨ ਬੋਲੀ ਏ, ਮੇਰੇ ਨਬੀ ਨੇ ਫਰਮਾਇਆ, ਇੱਧਰ ਵੇਖਿਓ, ਮੇਰੇ ਨਬੀ ਨੇ ਫਰਮਾਇਆ, ਜਿਹਦੇ ਤੇ ਬਾਪ ਰਾਜ਼ੀ ਉਹਦੇ ਤੇ ਰੱਬ ਰਾਜ਼ੀ, ਜਿਹਦੇ ਤੇ ਵਾਲਦ ਰਾਜ਼ੀ ਉਹਦੇ ਤੇ ਰੱਬ ਰਾਜ਼ੀ, ਮੇਰੇ ਨਬੀ ਨੇ ਫਰਮਾਇਆ, ਹੋਏ ਗੁਲਾਮਾਂ ਜੀਆ ਕਾ ਹੁਕਮ ਹੋਏ, ਫਰਮਾਇਆ ਮਾਂ ਦੀਆਂ ਪੈਰਾਂ ਥੱਲੇ ਜੰਨਤ ਏ, ਤੇ ਬਾਪ ਜੰਨਤ ਦਾ ਦਰਵਾਜ਼ਾ ਏ। ਜਿਹੜਾ ਮੰਨਦਾ ਇੱਕ ਵਾਰੀ ਹੱਥ ਬੁਲੰਦ ਕਰਕੇ ਬੋਲੇ ਸੁਭਾਨ ਅੱਲਾ। ਇਹ ਅੱਬਾ ਜੰਨਤ ਦਾ ਦਰਵਾਜ਼ਾ ਏ, ਹੋਏ ਸਜਣੋ ਬੀਵੀ ਜੰਨਤ ਦਾ ਦਰਵਾਜ਼ਾ ਨਹੀਂ, ਹੋਏ ਸਜਣੋ ਬੱਚੇ ਜੰਨਤ ਦਾ ਦਰਵਾਜ਼ਾ ਨਹੀਂ, ਹੋਏ ਸਜਣੋ ਸਹੁਰੇ ਜੰਨਤ ਦਾ ਦਰਵਾਜ਼ਾ ਨਹੀਂ, ਹੋਏ ਸਜਣੋ ਸਾਲੇ ਜੰਨਤ ਦਾ ਦਰਵਾਜ਼ਾ ਨਹੀਂ। ਜਿਸ ਪਿਓ ਨੂੰ ਦਾਬੇ ਮਾਰੇ ਨਹੀਂ, ਜਿਸ ਬਾਪ ਨੂੰ ਛਿੜਕ ਮਾਰੀ ਆ, ਜਿਸ ਬਾਪ ਦਾ ਦਿਲ ਦੁਖਾਇਆ ਈ, ਸਾਰੀ ਰਾਤ ਤੇਰਾ ਅੱਬਾ ਨਹੀਂ ਸੁੱਤਾ, ਰੋ ਰੋ ਕੇ ਆਉਂਦਾ ਰਿਹਾ ਮੌਲਾ ਮੈਂ ਇੰਨੇ ਜਵਾਨ ਕੀਤੇ ਨੇ, ਅੱਜ ਮੇਰੇ ਪੁੱਤਰ ਮੇਰੇ ਖਿਲਾਫ ਹੋ ਗਏ ਨੇ, ਅੱਜ ਮੇਰੇ ਪੁੱਤਰ ਮੇਰੇ ਖਿਲਾਫ ਚੱਲਦੇ ਨੇ, ਅੱਜ ਜ਼ਮੀਨਾਂ ਦੇ ਲਾਲਚੀ ਬਣ ਗਏ ਹੋ, ਅੱਜ ਪਹਿਲੀਆਂ ਦੇ ਲਾਲਚੀ ਬਣ ਗਏ ਹੋ, ਆਂਦਾ ਅੱਬਾ ਮਕਾਨ ਮੇਰੇ ਨਾ ਕਰਵਾ, ਅੱਬਾ ਹਵੇਲੀ ਮੇਰੇ ਨਾ ਕਰਵਾ, ਅੱਬਾ ਡੇਰਾ ਮੇਰੇ ਨਾ ਕਰਵਾ। ਹੋਏ ਮੈਂ ਕਿਹਾ ਸਜਣਾ ਨਾ ਨਾ, ਸਭ ਕੁਝ ਇੱਥੇ ਰਹਿ ਜਾਣਾ ਏ, ਹੋਏ ਜੀ ਬਾਪ ਦੀਆਂ ਖਿਦਮਤਾਂ ਕਰ ਜਾਵੀ, ਇੱਧਰ ਵੇਖਿਓ, ਇੰਜੀ ਅੱਬੇ ਦੀਆਂ ਖਿਦਮਤਾਂ ਕਰ ਜਾਵੀ, ਹੈ ਵੱਡਾ ਪੁੱਤਰ ਮੇਰੇ ਸਾਹਮਣੇ ਬਾਬੇ ਗੁਲਾਬ ਦੀਨ ਦਾ ਬੈਠਾ ਏ, ਹਲਲ ਇਲਾਨ ਕਹਿ ਰਿਹਾ ਵਾ, ਹੈ ਜਿੰਨਾ ਮਰਜ਼ੀ ਵੀ ਤੜਫਣ ਬਾਪ ਨਹੀਂ ਆਏਗਾ, ਹੈ ਕੋਠੀਆਂ ਦੇ ਮਾਲਕ ਬਣ ਜਾਣ ਬਾਬਾ ਗੁਲਾਬ ਨਹੀਂ ਆਏਗਾ, ਹੁਣੇ ਇਹਨਾਂ ਦੀਆਂ ਰੌਣਕਾਂ ਨਹੀਂ ਵੇਖਣੀਆਂ, ਹੁਣੇ ਇਹਨਾਂ ਦੀਆਂ ਬਹਾਰਾਂ ਨਹੀਂ ਵੇਖਣੀਆਂ। ਹੈ ਰੌਣ ਵਾਲੀ ਆ, ਕੋਈ ਪੋਤਰੇ ਐਸੇ ਆਉਂਦੇ ਨੇ, ਹੈ ਜਿਹੜੇ ਦਾਦੇ ਦੇ ਬੜੇ ਲਾਡਲੇ ਆਉਂਦੇ ਨੇ, ਜਿਹੜੇ ਦਾਦੇ ਦੇ ਬੜੇ ਨਜ਼ਦੀਕੀ ਆਉਂਦੇ ਨੇ, ਉਹਨਾਂ ਪੋਤਰਿਆਂ ਨੂੰ ਰੋਟੀਆਂ ਖਵਾਉਂਦਾ ਰਿਹਾ ਵੇ, ਉਹਨਾਂ ਨੂੰ ਚੂਰੀਆਂ ਖੋਟੀ ਖੁੱਟ ਕੇ ਦਿੰਦਾ ਰਿਹਾ ਏ, ਆਉਂਦਾ ਰਿਹਾ ਮੇਰੀ ਆਲ ਔਲਾਦ। ਹੋਏ ਪਿੰਡ ਵਿੱਚ ਦਾਦੇ ਦਾ ਨਾਂ ਜ਼ਿੰਦਾ ਰੱਖਣਾ ਰੇ, ਹੋਏ ਪਿੰਡ ਵਿੱਚ ਦਾਦੇ ਦੀ ਇੱਜ਼ਤ ਜ਼ਿੰਦੀ ਰੱਖਣੀ ਜੇ, ਹੱਲਾ ਦੀ ਕਸਮੇ ਟੋਕ ਆ ਲਿਆ, ਹੋਏ ਜਿਨ੍ਹਾਂ ਦੇ ਪੁੱਤਰ ਕੁਰਾਨ ਪੜ੍ਹਦੇ ਨੇ, ਉਹਨਾਂ ਦੇ ਬਾਪ ਕਬਰ ਵਿੱਚ ਰਾਜ਼ੀ ਆਉਂਦੇ ਨੇ, ਜਿਨ੍ਹਾਂ ਦੇ ਪੋਤਰੇ ਨਮਾਜ਼ ਪੜ੍ਹਦੇ ਨੇ, ਜਿਹੜੇ ਨਮਾਜ਼ ਹੀ ਪੜ੍ਹ ਕੇ ਆਖਣਗੇ ਰੱਬਾ ਨਗੀ ਫਿਰਲੀ ਵਾਲੀ ਵਾਲੀ ਦਈਆ, ਵਾਲੀ ਵਾਲੀ ਦਈਆ, ਮੇਰਾ ਦਿਲ ਕਰਦਾ ਮੈਂ ਫੇਰ ਤੁਹਾਨੂੰ ਖੜੀ ਸ਼ਰੀਫ ਲੈ ਜਾਵਾਂ, ਫੇਰ ਮੀਆਂ ਮੁਹੰਮਦ ਬਖਸ਼ ਦੇ ਬੂਵੇ ਤੇ ਲੈ ਜਾਵਾਂ, ਇੱਥੇ ਰੂਮੀਏ ਕਸ਼ਮੀਰ ਫਿਰ ਬੋਲਿਆ ਏ, ਇੱਥੇ ਦਰਦਾ ਬਾਦਸ਼ਾਹ ਫਿਰ ਬੋਲਿਆ ਏ, ਇੱਥੇ ਮੀਆਂ ਸਾਹਿਬ ਆਉਂਦੇ ਨੇ ਵੀਰ ਵੀਰਾਂ ਦੇ ਹੈ ਦਰਦੀ ਹੁੰਦੇ, ਸੁਣੀ ਯਾਰ ਅੰਦਰੂ ਸੁਣੀ, ਹੈ ਵੀਰ ਵੀਰਾਂ ਦੇ ਹੈ ਦਰਦੀ ਹੁੰਦੇ, ਤੇ ਵੀਰ ਵੀਰਾਂ ਦੀਆਂ ਵਾਵਾਂ। ਵਾਮੀਆਂ ਸਾਹਿਬ ਅੱਲਾ ਦੀ ਕਸਮ ਹੱਕ ਬਿਆਨ ਕਰ ਗਏ ਹੋ, ਸੱਚ ਬਿਆਨ ਕਰ ਗਏ ਹੋ। ਮੈਨੂੰ ਫੋਨ ਕਰਕੇ ਇੱਕ ਬੰਦਾ ਕਹਿੰਦਾ, ਹਾਲਾ ਕਾਰੀ ਸਾਹਿਬ ਮੀਆਂ ਸਾਹਿਬ ਕੌਣ ਨੇ, ਇਹਨਾਂ ਦਾ ਦਰਬਾਰ ਕਿੱਥੇ ਵੇ? ਮੈਂ ਕਿਹਾ ਕਦੀ ਪਾਕਿਸਤਾਨ ਆਇਆ ਮੈਂ ਆਪਣੀ ਗੱਡੀ ਤੇ ਲੈ ਕੇ ਜਾਵਾਂਗਾ, ਇੱਕ ਪਾਸੇ ਤਮੜੀਆਂ ਆਲਾ ਵਸਦਾ ਏ, ਇੱਕ ਪਾਸੇ ਦਮੜੀਆਂ ਆਲਾ ਪੀਰ ਵਸਦਾ ਏ, ਇੱਕ ਪਾਸੇ ਮੀਆਂ ਮੁਹੰਮਦ ਬਖਸ਼ ਵਸਦਾ ਏ, ਹੈ ਜਿਹਦੇ ਨਾਂ ਨੇ ਦੁਨੀਆਂ ਨੇ ਰੋਸ਼ਨ ਕੀਤਾ ਏ, ਹਲਲ ਇਲਾਨ ਨਾ ਵੀਰ ਵੀਰਾਂ ਦੇ ਹੈ ਦਰਦੀ ਹੁੰਦੇ, ਤੇ ਵੀਰ ਵੀਰਾਂ ਦੀਆਂ ਬਾਵਾਂ,
ਮਾਥੇ ਬਾਪ ਸੀਰਾਂ ਦੇ ਹੈ ਪੋਤਰੀਓ ਸੋਹਣੀ ਜ਼ਿੰਦਗੀ ਬਾਬਾ ਗੁਜ਼ਾਰ ਕੇ ਗਿਆ ਏ ਅੱਜ ਕਬਰ ਤੇ ਚਲੇ ਜਾਇਆ ਰੇ ਅੱਜ ਸਾਰੇ ਪੋਤਰੇ ਖਲੋ ਕੇ ਉੱਥੇ ਕੁਰਾਨ ਦੀਆਂ ਆਇਤਾਂ ਪੜਿਆ ਰੇ ਉੱਥੇ ਦਾਦੇ ਵਾਸਤੇ ਦੁਆ ਕਰਿਆ ਰੇ ਹੈ ਵੀਰ ਵੀਰਾਂ ਦੇ ਹੈ ਦਰਦੀ ਹੁੰਦੇ ਤੇ ਵੀਰ ਵੀਰਾਂ ਦੀਆਂ ਬਾਵਾਂ ਇੱਧਰ ਵੇਖੀ ਜ਼ਰਾ ਸਿਰ ਚੁੱਕੀ ਹੈ ਵੀਰ ਵੀਰਾਂ ਦੇ ਅੱਜ ਜ਼ਮੀਨਾਂ ਪਿੱਛੇ ਵੀਰ ਵੀਰਾਂ ਨਾਲ ਭਿੜ ਗਏ ਨੇ ਅੱਜ ਹਵੇਲੀਆਂ ਪਿੱਛੇ ਲੜਾਈਆਂ ਲੱਗ ਗਈਆਂ ਨੇ ਅੱਜ ਜ਼ਮੀਨਾਂ ਪਿੱਛੇ ਮਰਨ ਜੋਣ ਮੁੱਕ ਗਏ ਨੇ ਅੱਜ ਵੱਡਾ ਆਉਂਦਾ ਮੇਰੇ ਵਿਹੜੇ ਨਾ ਵੜਿਆ ਰੇ ਅੱਜ ਛੋਟੇ ਆਉਂਦੇ ਨੇ ਸਾਡੇ ਵੱਡੇ ਨੇ ਜ਼ੁਲਮ ਕੀਤਾ ਏ ਸਾਨੂੰ ਜ਼ਮੀਨ ਨਹੀਂ ਦਿੱਤੀ ਸਾਨੂੰ ਜਾਇਦਾਦ ਨਹੀਂ ਦਿੱਤੀ ਹੈ ਮੈਂ ਕਿਹਾ ਚੱਲਿਆ ਨਾ ਨਾ ਹੈ ਜ਼ਮੀਨਾਂ ਨੂੰ ਜੱਫੇ ਨਾ ਮਾਰਿਆ ਰੇ ਹਵੇਲੀਆਂ ਨੂੰ ਜੱਫੇ ਨਾ ਮਾਰਿਆ ਰੇ ਇਹਨਾਂ ਗੱਡੀਆਂ ਨੂੰ ਜੱਫੇ ਨਾ ਮਾਰਿਆ ਰੇ ਸਜਣਾ ਵੀਰ ਫਿਰ ਨਹੀਂ ਹੋਈ ਆਉਂਦੇ ਹੈ ਨਾ ਪਿਓ ਆਉਂਦਾ ਤੇ ਨਾ ਵੀਰ ਆਉਂਦੇ ਹੈ ਨਾ ਮਾਵਾਂ ਆਉਂਦੀਆਂ ਨੇ ਨਾ ਵੀਰ ਜੰਮਦੇ ਹੈ ਵੀਰ ਵੀਰਾਂ ਦੇ ਹੈ ਦਰਦੀ ਹੁੰਦੇ ਤੇ ਵੀਰ ਵੀਰਾਂ ਦੀਆਂ ਬਾਵਾਂ ਅੱਜ ਯਾਦ ਕਰੇ ਤੇਰਾ ਢੋਗ ਹੱਲਾ ਦੀ ਕਸਮ ਉਠਾ ਗਿਆ ਨਾ ਤੇ ਬਾਪ ਸੀਰਾਂ ਦੇ ਹੈ ਤਾਜ ਮੁਹੰਮਦ ਤੇ ਮਾਵਾਂ ਠੰਡੀਆਂ ਛਾਵਾਂ ਆ ਮੇਰੇ ਨਬੀ ਦੀ ਹਦੀਸ ਸੁਣਿਆ ਰੇ ਹੱਲਾ ਦਾ ਕੁਰਾਨ ਸੁਣਿਆ ਰੇ ਹੱਲਾ ਫਰਮਾਂਦਾ ਉਫੀਮ ਵਾਲਾ ਤਨ ਹਰ ਹੁਮਾ ਵਕੁੱਲਹੁਮਾ ਕੌਲੇ ਕਰੀ ਮੋਬਾਈਲ ਇੱਧਰ ਕਰ ਦਿਓ ਮੇਰੇ ਨਬੀ ਨੇ ਫਰਮਾਇਆ ਜਿਹਦੇ ਤੇ ਅੱਬਾ ਰਾਜ਼ੀ ਉਹਦੇ ਤੇ ਰੱਬ ਰਾਜ਼ੀ ਹੈ ਉਹਦੇ ਤੇ ਕੌਣ ਰਾਜ਼ੀ ਹੈ ਅੱਲਾ ਉਹਦੇ ਤੇ ਕੌਣ ਰਾਜ਼ੀ ਹੈ ਮੈਂ ਬਾਬਾ ਜੀ ਜਦੋਂ ਬੈਠਕ 'ਚ ਬੈਠਾ ਨਾ ਉੱਥੇ ਅਦਰ ਤਵੱਜੋ ਕਰਿਓ ਤੇ ਉੱਥੇ ਮੈਨੂੰ ਅਨਾਥ ਖਾਨ ਬਜ਼ੁਰਗ ਤਸ਼ਰੀਫ ਫਰਮਾ ਸਨ ਉੱਥੇ ਹੀ ਮੈਂ ਤਾਂ ਪਹਿਲੀ ਵਾਰੀ ਆਇਆ ਮੈਨੂੰ ਤਾਂ ਨਹੀਂ ਪਤਾ ਤੇ ਮੈਨੂੰ ਕਹਿੰਦੇ ਨੇ ਕਾਰੀ ਸਾਹਿਬ ਇਹਨਾਂ ਦੇ ਪੁੱਤਰਾਂ ਨੇ ਪਿਓ ਦੀ ਬੜੀ ਖਿਦਮਤ ਕੀਤੀ ਜਿਹੜੇ ਆਂਦੇ ਨੇ ਕੀਤੀ ਉਹ ਹੱਥ ਚੁੱਕ ਕੇ ਬੋਲੋ ਸੁਭਾਨ ਅੱਲਾ ਉਹ ਚੰਗੀ ਗੱਲ ਕੀਤੀ ਹੋਵੇ ਨਾ ਤੇ ਗਵਾਹੀ ਦੇ ਦਈਏ ਕਈ ਬੰਦੇ ਐਵੇਂ ਆਂਦੇ ਨਹੀਂ ਅਸੀਂ ਨਹੀਂ ਗਵਾਹੀ ਦੇਣੀ ਤੇ ਮੈਂ ਕਿਹਾ ਨਾ ਦਿਓ ਤੁਸੀਂ ਨਾ ਵੀ ਦਿਓਗੇ ਉਹਨੂੰ ਤੇ ਪਤਾ ਨਾ ਵਾਵਾ ਜਿਸ ਵਾਸਤੇ ਬੈਠੇ ਆ ਉਹ ਰੱਬ ਨੂੰ ਤੇ ਪਤਾ ਰੱਬੁਲ ਆਲਮੀਨ ਇਨ ਅੱਲਾਹ ਅਲੀਮੁਨ ਬਿਜ਼ਾਤ ਸੁਦੂਰ ਹਜ਼ਰਤ ਜੁਮਲੇ ਸਮਾਤ ਕਰਿਆ ਅੱਜ ਗੱਲ ਬੜੀ ਵੱਡੀ ਕਰਨ ਲਗਾ ਮੇਰੇ ਨਬੀ ਨੇ ਫਰਮਾਇਆ ਜਿਹਦੇ ਤੇ ਵਾਲਦ ਰਾਜ਼ੀ ਉਹਦੇ ਤੇ ਰੱਬ ਰਾਜ਼ੀ ਜਿਹਦੇ ਤੇ ਅੱਬਾ ਰਾਜ਼ੀ ਉਹਦੇ ਤੇ ਦੂਸਰੀ ਹਦੀਸ ਦਾ ਮਫਹੂਮ ਸੁਣਿਓ ਨਬੀ ਪਾਕ ਨੇ ਸਾਹਬਾ ਇਕਰਾਮ ਨੇ ਫਰਮਾਇਆ ਫਰਮਾਇਆ ਸਾਹਬਾ ਇੱਧਰ ਸੁਣੋ ਜੰਨਤ ਦਾ ਦਰਵਾਜ਼ਾ ਵੇਖਣਾ ਜੇ ਕਿਆ ਬਾਤ ਹੈ ਹਜ਼ੂਰ ਦੀ ਹੈ ਨਬੀ ਪਾਕ ਨੂੰ ਇਲਮ ਨਹੀਂ ਨਬੀ ਪਾਕ ਜਾਣਦੇ ਨਹੀਂ ਮੈਂ ਕਿਹਾ ਜੇ ਨਬੀ ਪਾਕ ਜਾਣਦੇ ਨਹੀਂ ਤੇ ਨਬੀ ਪਾਕ ਕਿਉਂ ਪਿਆਂਦੇ ਨੇ ਜੰਨਤ ਦਾ ਦਰਵਾਜ਼ਾ ਵੇਖਣਾ ਜੇ ਇੱਧਰ ਹਜ਼ਰਤ ਚ ਵਜੋ ਫਰਮਾਇਆ ਜੇ ਹਰ ਚੀਜ਼ ਬੀਵੀ ਨਹੀਂ ਹਰ ਚੀਜ਼ ਬੱਚੇ ਨਹੀਂ ਜਦੋਂ ਬੰਦੇ ਦੀ ਸ਼ਾਦੀ ਹੋ ਜਾਂਦੀ ਨਾ ਬਾਬਾ ਜੀ ਫਿਰ ਉਹਦੀ ਨੀਯਤ ਵੀ ਬਦਲ ਜਾਂਦੀ ਹੈ ਤੇ ਉਹਦੀ ਸੋਚ ਵੀ ਬਦਲ ਜਾਂਦੀ ਹੈ ਤੇ ਮੁਹੱਬਤ ਦਾ ਮਿਆਰ ਵੀ ਬਦਲ ਜਾਂਦਾ
ਮੇਰੀ ਗੱਲ ਨੂੰ ਜ਼ਾਇਆ ਨਾ ਕਰਿਓ, ਇੰਨਾ ਮਜਮਾ ਲੱਗਿਆ ਰੱਬੇ ਕਾਬਾ ਦੀ ਕਸਮ। ਅੱਜ ਜਦੋਂ ਸਾਰੇ ਕੁਮਾਰੇ ਹੁੰਦੇ ਨੇ ਨਾ, ਤੇ ਸਾਰੇ ਆਉਂਦੇ ਨੇ, ਅੱਬਾ ਤੁਹਾਡੇ ਪਿੱਛੇ ਜਾਣ ਵੀ ਦੇਵਾਂਗੇ, ਅੱਬਾ ਤੇਰੇ ਪਿੱਛੇ ਜਾਣ ਵੀ ਦੇਵਾਂਗੇ, ਅੱਬਾ ਜਿੰਨੇ ਪੈਸੇ ਆਉਂਦਾ ਅਸੀਂ ਦਿੰਦੇ ਹਾਂ, ਕਿੰਨੇ ਚਾਹੀਦੇ ਨੇ, ਕਿਹੜੀ ਚੀਜ਼ ਚਾਹੀਦੀ ਆ, ਇੱਧਰ ਵੇਖਿਓ। ਉਸੇ ਅੱਬੇ ਨੇ ਸ਼ਾਦੀ ਕੀਤੀ ਪੁੱਤਰਾਂ ਦੀ, ਮੇਰੇ ਵੱਲ ਤਵੱਜੋ ਕਰਨੀ, ਗੱਲ ਜ਼ਾਇਆ ਨਹੀਂ ਕਰਨੀ, ਇੱਧਰ ਉੱਧਰ ਵੇਖ ਕੇ ਫਿਰ ਫਾਇਦਾ ਕੋਈ ਨਹੀਂ ਹੋਣਾ, ਇੱਧਰ ਤਵੱਜੋ ਕਰਿਓ ਜੀ। ਜਦੋਂ ਕਿਬਲਾ ਉਸੇ ਬਾਪ ਨੇ ਸ਼ਾਦੀ ਕੀਤੀ ਨਾ ਪੁੱਤਰਾਂ ਦੀ, ਵੱਡੇ ਦੀ ਸ਼ਾਦੀ ਕੀਤੀ ਤੇ ਉਹਨੇ ਵੀ ਅੱਬਾ ਛੱਡ ਗਿਆ, ਛੋਟੇ ਦੀ ਕੀਤੀ ਤੇ ਉਹ ਵੀ ਅੱਬਾ ਛੱਡ ਗਿਆ, ਉਸ ਤੋਂ ਛੋਟੇ ਦੀ ਕੀਤੀ ਤੇ ਉਹ ਵੀ ਛੱਡ ਗਿਆ। ਮੈਂ ਕਿਹਾ ਚੱਲਿਓ, ਤੁਸੀਂ ਤਾਂ ਅੱਬੇ ਪਿੱਛੇ ਜਾਨਾਂ ਪੇ ਦਿੰਦੇ ਸੋ, ਆਏ ਹਾਏ ਸਮਝੇ ਨਹੀਂ ਤੁਸੀਂ, ਮਿਹਰਬਾਨੀ ਕਰੋ ਜਨਾਬ, ਕੋਈ ਸਲਾਈ ਪੈਗਾਮ ਹੈ ਲੈ ਜਾਓ। ਉਹ ਮੈਂ ਕਿਹਾ ਤੁਸੀਂ ਤੇ ਪਿਓ ਪਿੱਛੇ ਜਾਨਾਂ ਪੇ ਦਿੰਦੇ ਸੋ, ਪਿਓ ਪਿੱਛੇ ਹਰ ਚੀਜ਼ ਕੁਰਬਾਨ ਪੇ ਕਰਦੇ ਸੋ, ਅੱਜ ਅੱਬੇ ਨੂੰ ਸਾਂਭਣਾ ਵੀ ਗਵਾਰਾ ਨਹੀਂ। ਇਹ ਕਹਿੰਦਾ ਮੇਰੀ ਬੁੱਢੀ ਬੜੀ ਕੌੜੀ ਹੈ, ਉਹ ਅੱਬੇ ਨੂੰ ਨਹੀਂ ਰੱਖਦੀ। ਦੂਸਰਾ ਆਂਦਾ ਮੇਰੇ ਕੋਲ ਇੰਨਾ ਖਰਚਾ ਨਹੀਂ ਹੁੰਦਾ। ਮੈਂ ਕਿਹਾ ਚੱਲਿਆ, ਉਹ ਜਿੰਨੇ ਛਿਆਂ ਨੂੰ ਜਵਾਨ ਕੀਤਾ ਤੇ ਛਿਆਂ ਦੇ ਖਰਚੇ ਪੂਰੇ ਕੀਤੇ ਨੇ, ਰੱਬੇ ਕਾਬਾ ਦੀ ਕਸਮ ਉਠਾ ਕੇ ਆਲਾ ਐਲਾਨ ਜੁਮਲੇ ਸੁਣਾ ਪਿਆ। ਉਹ ਜਿੰਨੇ ਬਾਪ ਨੇ ਛਿਆਂ ਨੂੰ ਜਵਾਨ ਕੀਤਾ ਹੈ, ਉਹਨੇ ਕਦੀ ਕਮੀ ਨਹੀਂ ਆਉਣ ਦਿੱਤੀ, ਉਹਨੇ ਕਦੀ ਮੁਸ਼ਕਲ ਨਹੀਂ ਆਉਣ ਦਿੱਤੀ, ਉਹਨੇ ਕਦੀ ਮੁਸੀਬਤ ਨਹੀਂ ਆਉਣ ਦਿੱਤੀ। ਅੱਜ ਬਾਪ ਆਲਾ ਐਲਾਨ ਟੋਕ ਦੀ ਸਰਜ਼ਮੀਨ 'ਚ ਬਹਿ ਕੇ ਜੁਮਲੇ ਦੇ ਰਿਹਾ ਵਾਂ, ਹੈ ਬੀਵੀ ਦੇ ਪਿੱਛੇ ਪਿਓ ਨਾ ਛੱਡ ਜਾਇਆ ਰੇ, ਹੈ ਬੀਵੀ ਦੇ ਪਿੱਛੇ ਮਾਂ ਨਾ ਛੱਡ ਜਾਇਆ ਰੇ, ਹੈ ਔਲਾਦ ਪਿੱਛੇ ਦਾਦਾ ਨਾ ਛੱਡ ਜਾਇਆ ਰੇ, ਔਲਾਦ ਪਿੱਛੇ ਬਾਪ ਨਾ ਛੱਡ ਜਾਇਆ ਰੇ। ਆਪਣੀ ਬੀਵੀ ਨੂੰ ਸਮਝਾਇਆ ਜੇ, ਉਹਨੂੰ ਆਖਿਆ ਜੇ ਮੇਰੀ ਜੰਨਤ ਮੇਰਾ ਅੱਬਾ ਹੈ, ਉਹਨੂੰ ਆਖਿਆ ਜੇ ਮੇਰੀ ਜੁਮਲੇ ਸੁਣੀ ਯਾਰ, ਉਹਨੂੰ ਆਖਣਾ ਹੀ ਮੇਰੀ ਜੰਨਤ ਮੇਰੀ ਮਾਂ ਹੈ, ਅਗਰ ਮੇਰੀ ਜੰਨਤ ਰੁੱਸ ਗਈ ਹੈ ਮੇਰਾ ਕਾਰੋਬਾਰ ਮੁੱਕ ਜਾਣਾ ਹੈ, ਹੈ ਮੇਰੀਆਂ ਜ਼ਮੀਨਾਂ ਮੁੱਕ ਜਾਣੀਆਂ ਨੇ, ਹੈ ਮੇਰੀ ਚਦਰਾ ਮੁੱਕ ਜਾਣੀਆਂ, ਹੈ ਦੀਨੇ ਆਲੀਓ ਆਲਲ ਇਲਾਨ ਪਿਆਇਆ ਨਾਮਾਂ, ਹੈ ਦੁਨੀਆ ਉਹਨਾਂ ਪੁੱਤਰਾਂ ਨੂੰ ਸਲਾਮ ਕਰਦੀ ਏ, ਹੈ ਜਿਨ੍ਹਾਂ ਨੇ ਪਿਓ ਦੇ ਕੱਪੜੇ ਚੰਗੇ ਰੱਖੇ ਨੇ, ਹੈ ਜਿਨ੍ਹਾਂ ਨੇ ਬਾਪ ਦੀਆਂ ਜੁੱਤੀਆਂ ਚੰਗੀਆਂ ਰੱਖੀਆਂ ਨੇ। ਹਜ਼ਰਾ ਜੁਮਲੇ ਸਮਾਤ ਫਰਮਾਇਆ ਨੇ, ਇਸੇ ਵਾਸਤੇ ਆਲਲ ਇਲਾਨ ਬਾਬਾ ਜੀ ਜੁਮਲੇ ਸੁਣਿਆ ਨੇ। ਸਖੀ ਸੁਲਤਾਨੇ ਬਾਹੂ ਰਹਿਮਤੁੱਲਾ ਲੈ, ਐ ਸ਼ੌਰ ਦਾ ਤਾਜ ਇੱਥੇ ਸੁਣੀ ਹੁਣ, ਐ ਮੇਰਾ ਪੀਰ ਬਾਹੂ ਬੋਲਿਆ ਏ, ਇਹ ਸੁਲਤਾਨੁਲ ਆਰਫੀਨ ਬੋਲਿਆ ਏ, ਇਹ ਵਲੀਆਂ ਦਾ ਸੁਲਤਾਨ ਬੋਲਿਆ ਏ, ਇਹ ਆਰਫਾਂ ਦਾ ਸੁਲਤਾਨ ਬੋਲਿਆ ਏ। ਇੱਥੇ ਪੀਰੇ ਬਾਹੂ ਨੇ ਕਲਮ ਉਠਾਈਏ, ਆ ਫਰਮਾਨੇ ਨੇ ਦਿਲ ਦਰਿਆ ਸਮਝ ਜਾਣੇ, ਹੁਣ ਮੁਰੀਦ ਹੀ ਰਾਜ਼ੀ ਹੋਣਗੇ, ਹੋਏ ਦਿਲ ਦਰਿਆ ਸਮਦ ਰੋਂਡੋਂਗੇ ਤੇ ਕੌਣ ਦਿਲਾਂ ਦੀਆਂ, ਆਏ ਹਾਏ ਕੌਣ ਦਿਲਾਂ ਦੀਆਂ ਹੈ ਜਹਾਣੇ।